ਪਾਤਸ਼ਾਹ ਹਬੀਬ ਨੇ ਗੁੱਟੂ ਫੜਿਆ ਤੇ ਚਲਦਿਆਂ ਚਲਦਿਆਂ ਆਪਣੇ ਹੁਜਰੇ ਵਿੱਚ ਲੈ ਗਏ। ਹਜ਼ਰਾਤ ਹੁਜਰੇ ਵਿੱਚ ਜਾ ਕੇ ਹੁਜਰੇ ਦੀ ਕੁੰਡੀ ਮਾਰ ਲਈ ਤੇ ਕੁੰਡੀ ਮਾਰ ਕੇ ਮੁਸੱਲੇ ਤੇ ਬਿਠਾ ਲਿਆ। ਥੋੜ੍ਹੀ ਦੇਰ ਗੱਲਾਂ ਕਰਨ ਤੋਂ ਬਾਅਦ ਸ਼ਾਹ ਹਬੀਬ ਗਾਇਬ ਹੋ ਗਏ, ਪਿੱਛੇ ਪਿੱਛੇ ਸੁਲਤਾਨੇ ਬਾਹੂ ਵੀ ਗਾਇਬ ਹੋ ਗਏ। ਹਜ਼ਰਾਤ ਨੂੰ ਸ਼ਾਹ ਹਬੀਬ ਇੱਕ ਪੈਲੀ ਦੇ ਅੰਦਰ ਹਲ ਪੇ ਚਲਾਉਂਦੇ ਨੇ, ਕਿਸਾਨ ਬਣ ਕੇ ਹਲ ਪੇ ਚਲਾ ਰਹੇ ਨੇ। ਪਿੱਛੇ ਪਿੱਛੇ ਸੁਲਤਾਨੇ ਬਾਹੂ ਵੀ ਆ ਗਏ, ਆ ਕੇ ਕਦਮ ਫੜ ਕੇ ਕਹਿੰਦੇ ਨੇ ਸ਼ਾਹ ਜੀ, ਪੀਰਾਂ ਮੀਰੀ ਮੁਰੀਦਾਂ ਦੇ ਹੁੰਦਿਆਂ ਪੀਰ ਹਲ ਨਹੀਂ ਚਲਾਉਂਦੇ। ਹਜ਼ਰਾਤ ਜਦੋਂ ਇੰਨੀਆਂ ਗੱਲਾਂ ਕੀਤੀਆਂ, ਸ਼ਾਹ ਹਬੀਬ ਨੇ ਫਿਰ ਗੁੱਟੂ ਫੜਿਆ ਤੇ ਹੁਜਰੇ ਵਿੱਚ ਲਿਆਏ ਤੇ ਥੋੜ੍ਹੀ ਦੇਰ ਬੈਠਣ ਤੋਂ ਬਾਅਦ ਸ਼ਾਹ ਹਬੀਬ ਫਿਰ ਗਾਇਬ ਹੋ ਗਏ। ਜਦੋਂ ਗਾਇਬ ਹੋਏ ਸੁਲਤਾਨੇ ਬਾਹੂ ਵੀ ਪਿੱਛੇ ਪਿੱਛੇ ਗਾਇਬ ਹੋ ਗਏ। ਹਜ਼ਰਾਤ ਸ਼ਾਹ ਹਬੀਬ ਹੁਣ ਇੱਕ ਮਸਜਿਦ ਵਿੱਚ ਆ ਗਏ ਤੇ ਕਾਰੀ ਬਣ ਕੇ ਬੱਚਿਆਂ ਨੂੰ ਕੁਰਾਨ ਪੇ ਫੜਾਉਂਦੇ ਨੇ। ਆਂਦੇ ਨੇ ਬੱਚਿਓ ਪੜਿਓ ਅਲੀਫ, ਪੜੋ ਪਾ, ਪੜੋ ਤਾ। ਹਜ਼ਰਾਤ ਬੱਚਿਆਂ ਨੂੰ ਕੁਰਾਨ ਪੜਾਉਂਦੇ ਨੇ। ਸੁਲਤਾਨੇ ਬਾਹੂ ਵੀ ਬੱਚਾ ਬਣ ਕੇ ਪਿੱਛੇ ਆ ਕੇ ਬਹਿ ਗਏ ਤੇ ਕਹਿੰਦੇ ਨੇ ਸ਼ਾਹ ਜੀ, ਇਹ ਕੁਰਾਨ ਮੈਨੂੰ ਵੀ ਪੜਾਇਆ ਜੇ। ਰਾਤ ਸ਼ਾਹ ਹਬੀਬ ਨੇ ਗੁੱਟੂ ਫੜਿਆ ਤੇ ਫੇਰ ਹੁਜਰੇ ਵਿੱਚ ਲੈ ਆਂਦਾ। ਥੋੜੀ ਦੇਰ ਬੈਠਣ ਤੋਂ ਬਾਅਦ ਸ਼ਾਹ ਹਬੀਬ ਫੇਰ ਗਾਇਬ ਹੋ ਗਏ, ਪਿੱਛੇ ਪਿੱਛੇ ਸੁਲਤਾਨੇ ਬਾਹੂ ਵੀ ਗਾਇਬ ਹੋ ਗਏ। ਹੁਣ ਸ਼ਾਹ ਹਬੀਬ ਇੱਕ ਮੰਦਿਰ ਦੇ ਕੋਲ ਜ਼ਾਹਰ ਹੋਏ। ਰਾਤ ਉੱਥੇ ਮਜ਼ਦੂਰੀ ਪੇ ਕਰਦੇ ਨੇ, ਟਾਪੜੇ ਵਿੱਚ ਰੇਤ ਪੇਟਾਉਂਦੇ ਨੇ। ਪਿੱਛੇ ਪਿੱਛੇ ਸੁਲਤਾਨੇ ਬਾਹੂ ਵੀ ਆ ਗਏ, ਆ ਕੇ ਕਹਿੰਦੇ ਨੇ ਸ਼ਾਹ ਜੀ, ਮੇਰੇ ਹੁੰਦਿਆਂ ਮਜ਼ਦੂਰੀ ਤੁਸੀਂ ਤੇ ਨਾ ਕਰੋ। ਹਜ਼ਰਾਤ ਸ਼ਾਹ ਹਬੀਬ ਨੇ ਗੁੱਟੂ ਫੜਿਆ ਤੇ ਫੇਰ ਹੁਜਰੇ 'ਚ ਲਿਆਂਦਾ ਤੇ ਹੁਜਰੇ 'ਚ ਲਿਆ ਕੇ ਕਹਿੰਦੇ ਨੇ ਪੁੱਤਰਾ, ਬੋਲ ਤੇ ਸਹੀ, ਓਏ ਇੰਨੀਆਂ ਮੰਜ਼ਲਾਂ ਕਿੱਥੋਂ ਲਈਆਂ ਨੀ? ਮੈਂ ਤੇ ਸਾਰੀ ਜ਼ਿੰਦਗੀ ਮੁਸੱਲਿਆਂ ਤੇ ਜਾਗ ਜਾਗ ਕੇ ਅੱਲਾ ਨੂੰ ਰਾਜ਼ੀ ਕਰ ਕਰਕੇ ਇੰਨੀਆਂ ਮੰਜ਼ਲਾਂ ਲਈਆਂ ਨੇ, ਓਏ ਬੋਲ ਤੂੰ ਕਿੱਥੋਂ ਲਈਆਂ ਨੇ? ਸੁਲਤਾਨੇ ਬਾਹੂ ਫਰਮਾਉਂਦੇ ਨੇ ਸ਼ਾਹ ਜੀ, ਜਿਹੜੇ ਕੰਮ ਤੁਸੀਂ ਹੁਣ ਪੇ ਕਰਦੇ ਹੋ ਮੈਂ ਮਾਂ ਦੇ ਪੇਟ 'ਚ ਕਰਦਾ ਰਿਹਾ। ਜਿਹੜੇ ਕੰਮ ਹੁਣ ਪੇ ਕਰਦੇ ਹੋ ਨਾ ਮੈਂ ਮਾਂ ਦੇ ਪੇਟ 'ਚ ਕਰਦਾ ਰਿਹਾ। ਮੈਨੂੰ ਕੋਈ ਹੋਰ ਹੱਲ ਦੱਸੋ, ਕੋਈ ਹੋਰ ਮੰਜ਼ਿਲ ਦੱਸੋ। ਉਹਨਾਂ ਕਿਹਾ ਫਿਰ ਤੇਰਾ ਹੱਲ ਸਾਡੇ ਕੋਲ ਨਹੀਂ, ਫਿਰ ਤੂੰ ਸਾਡੇ ਪੀਰਾਂ ਕੋਲ ਤੁਰ ਜਾ। ਅੱਲਾ ਦੇ ਨੇਕ ਬੰਦੇ, ਅੱਲਾ ਦੇ ਵਲੀ, ਅੱਲਾ ਦੇ ਦੋਸਤ। ਵਲੀ ਕਹਿੰਦੇ ਨੇ ਦੋਸਤ ਨੂੰ। ਸੁਲਤਾਨੁਲ ਆਰਫੀਨ ਹਜ਼ਰਤ ਸਖੀ ਸੁਲਤਾਨ ਬਾਹੂ ਰਹਿਮਤੁਲਾਹ ਤਾਲਾ ਲੇ, ਆਪ ਦੀ ਅਜ਼ਮਤ, ਆਪ ਦੀ ਹਾਲਾਤ ਜ਼ਿੰਦਗੀ, ਆਪ ਦੀ ਕਰਾਮਤ, ਆਪ ਦੇ ਬਾਰੇ ਦੇ ਨਾਲ ਚੰਦ ਗੱਲਾਂ ਮੈਂ ਆਪਦੇ ਗੋਸ਼ ਗੁਜ਼ਾਰ ਕਰਨੀਆਂ ਨੇ। ਉਸੇ ਹਵਾਲੇ ਦੇ ਨਾਲ ਮੈਂ ਆਇਆ ਕਰੀਮਾਂ ਦਾ ਸਹਾਰਾ ਲਿਆ ਹੈ। ਆਇਤ ਦਾ ਤਰਜਮਾ ਇੱਕ ਦਫ਼ਾ ਦੁਬਾਰਾ ਸੁਣੋ ਕਿ ਅੱਲਾ ਫਰਮਾਉਂਦਾ, ਉਹ ਲੋਕ ਜਿਹੜੇ ਇਮਾਨ ਲੈ ਕੇ ਆਏ ਔਰ ਤਕਵਾ ਅਖਤਿਆਰ ਕਰਦੇ ਨੇ। ਹੁਣ ਅਸੀਂ ਵੇਖਣਾ ਕਿ ਇਮਾਨ ਕੀ ਹੈ ਅਤੇ ਤਕਵਾ ਕੀ ਹੈ। ਅਤੇ ਇਮਾਨ ਦਾ ਤਾਂ ਸਾਰਿਆਂ ਨੂੰ ਪਤਾ ਹੈ ਕਿ ਇਮਾਨ ਦੀ ਸ਼ਰਤ ਹੈ ਵੀ ਕਲਮਾ ਪੜ੍ਹਦਾ ਹੋਵੇ, ਨਬੀ ਨਾਲ ਪਿਆਰ ਹੋਵੇ,
ਕਲਮਾ ਪੜ੍ਹਦਾ ਹੋਵੇ ਤੇ ਨਬੀ ਨਾਲ ਪਿਆਰ ਹੋਵੇ, ਅੱਲਾ ਨੂੰ ਇੱਕ ਮੰਨੇ, ਐਮਾਨ ਏ, ਤੇ ਨਬੀ ਨਾਲ ਪਿਆਰ ਹੋਵੇ ਤੇ ਇੰਨਾ ਕੁ ਪਿਆਰ ਹੋਵੇ ਤੇ ਹਰ ਚੀਜ਼ ਤੋਂ ਵੱਧ ਹੋਵੇ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਇੱਕ ਦਿਨ ਸਿਹਾਬਾ 'ਚ ਬੈਠੇ, ਮੇਰੇ ਹਜ਼ੂਰ ਨੇ ਫਰਮਾਇਆ ਉਮਰ ਮੇਰੇ ਨਾਲ ਕਿੰਨਾ ਪਿਆਰ ਕਰਨਾ, ਤਵੱਜੋ ਹੈ, ਉਮਰ ਕਿੰਨਾ ਪਿਆਰ ਕਰਨਾ। ਅਰਜ਼ ਕੀਤੀ, ਆਕਾ ਮੈਂ ਹਰ ਚੀਜ਼ ਨਾਲੋਂ ਜ਼ਿਆਦਾ ਤੁਹਾਡੇ ਨਾਲ ਪਿਆਰ ਕਰਨਾ, ਆਪਣੀ ਮਾਲ ਨਾਲੋਂ, ਆਪਣੇ ਔਲਾਦ ਨਾਲੋਂ, ਹਰ ਚੀਜ਼ ਨਾਲੋਂ ਜ਼ਿਆਦਾ, ਸਿਵਾਏ ਆਪਣੀ ਜਾਨ ਤੋਂ, ਸਿਵਾਏ ਆਪਣੀ ਜਾਨ ਤੋਂ ਹਰ ਚੀਜ਼ ਤੋਂ ਬਹੁਤਾ ਕਰਨਾ। ਮੇਰੀ ਸਰਕਾਰ ਨੇ ਫਰਮਾਇਆ ਤੇਰਾ ਈਮਾਨ ਮੁਕੰਮਲ ਨਹੀਂ ਹੈ, ਤੇਰਾ ਈਮਾਨ ਮੁਕੰਮਲ। ਆਕਾ ਫਿਰ ਕਦੋਂ ਮੁਕੰਮਲ ਹੋਵੇਗਾ? ਮੇਰੀ ਸਰਕਾਰ ਨੇ ਫਰਮਾਇਆ ਜਿੰਨੀ ਦੇਰ ਮਾਂ ਬਾਪ, ਔਲਾਦ, ਜਾਨ, ਮਾਲ, ਆਪਣੀ ਜਾਨ ਤੋਂ ਵੀ ਜ਼ਿਆਦਾ ਨਾ ਮੁਹੰਮਦ ਨਾਲ ਪਿਆਰ ਕਰੋਗੇ, ਈਮਾਨ ਮੁਕੰਮਲ ਨਹੀਂ ਹੋ ਸਕਦਾ। ਹੱਥ ਬੰਨੇ ਅਰਜ਼ ਕੀਤੀ, ਸੋਹਣਿਆ ਮੈਨੂੰ ਮਾਫ਼ੀ ਦੇ ਦਿਉ, ਅੱਜ ਤੋਂ ਬਾਅਦ ਮੇਰੀ ਜਾਨ ਵੀ ਕੁਰਬਾਨ, ਮੇਰੀ ਔਲਾਦ ਵੀ ਕੁਰਬਾਨ, ਮੇਰਾ ਮਾਲ ਵੀ ਕੁਰਬਾਨ। ਅਤੇ ਪਤਾ ਲੱਗ ਗਿਆ ਕਿ ਈਮਾਨ ਵਾਲਾ ਉਹਨੂੰ ਕਹਿੰਦੇ ਨੇ ਜਿਹੜਾ ਕਲਮਾ ਪੜ੍ਹੇ, ਅੱਲਾ ਨੂੰ ਇੱਕ ਮੰਨੇ ਅਤੇ ਸਰਕਾਰ ਨਾਲ ਟੁੱਟ ਕੇ ਪਿਆਰ ਕਰੇ। ਠੀਕ ਹੈ ਜੀ, ਕਲੀਅਰ ਹੋ ਗਈ ਬਾਤ। ਅੱਲਜ਼ੀਨਾ ਆਮਨੂ, ਉਹ ਲੋਕ ਜਿਹੜੇ ਈਮਾਨ ਲੈ ਕੇ ਆਏ। ਅੱਗੇ ਅੱਲਾ ਫਰਮਾ ਕਾਂ ਵਕਾਨ ਨੂੰ ਯਤਕੂਨ ਔਰ ਤਕਵਾ ਅਖਤਿਆਰ ਕਰਦੇ ਨੇ। ਹੁਣ ਵੇਖਣਾ ਕਿ ਤਕਵਾ ਕਿਹਨੂੰ ਕਹਿੰਦੇ ਨੇ। ਈਮਾਨ ਦਾ ਤਾਂ ਸਾਰਿਆਂ ਨੂੰ ਪਤਾ ਹੈ, ਤਕਵੇ ਦਾ ਕਿਸੇ ਕਿਸੇ ਨੂੰ ਪਤਾ ਹੈ। ਹੁਣ ਤਕਵਾ ਕੀ ਹੈ? ਮੈਂ ਤਕਵੇ ਦੀ ਮਿਸਾਲ ਦੇਵਾਂ। ਸਾਡੇ ਇਮਾਮ, ਮੇਰੇ ਅਤੇ ਤੇਰੇ ਇਮਾਮ, ਹਜ਼ਰਤ ਇਮਾਮ ਆਜ਼ਮ ਅਬੂ ਹਨੀਫਾ ਰਹਿਮਤੁੱਲਾਹੀ ਤਾਲਾ ਲੇ, ਕਿਸੇ ਬੰਦੇ ਨੇ ਆਪ ਕੋ ਲੈ ਲਿਆ ਕਰਜ਼ਾ, ਪੈਸੇ ਲੈ ਲਏ ਧਾਰੇ, ਅਤੇ ਅਰਜ਼ ਕੀਤੀ ਹਜ਼ੂਰ ਪੈਸੇ ਧਾਰੇ ਚਾਹੀਦੇ ਨੇ ਅਤੇ ਥੋੜ੍ਹੇ ਦਿਨਾਂ ਨੂੰ ਦੇਵਾਂਗਾ। ਅਤੇ ਆਪ ਨੇ ਪੈਸੇ ਦੇ ਦਿੱਤੇ, ਚੰਦ ਮਹੀਨੇ ਗੁਜ਼ਰ ਗਏ ਅਤੇ ਉਹ ਪੈਸੇ ਦੇਣ ਨਾ ਆਇਆ, ਲੇਕਿਨ ਆਪ ਨੂੰ ਭੁੱਲ ਗਿਆ ਸੀ, ਯਾਦ ਹੀ ਨਹੀਂ ਸੀ। ਇੱਕ ਦਿਨ ਆਪ ਸਫ਼ਰ 'ਤੇ ਨਿਕਲੇ ਨੇ ਅਤੇ ਗਰਮੀ ਬੜੀ ਹੈ, ਧੁੱਪ ਸ਼ਦੀਦ ਹੈ, ਅਤੇ ਲੰਘਦਿਆਂ ਲੰਘਦਿਆਂ ਨਾ ਪਿਆਸ ਲੱਗੀ ਅਤੇ ਥਕਾਵਟ ਮਹਿਸੂਸ ਹੋਈ ਅਤੇ ਦਿਲ ਕੀਤਾ ਕਿਤੇ ਛਾਵੇਂ ਬਹਿ ਜਾਵਾਂ। ਛਾਂ ਵਿੱਚ ਕਿਤੇ ਦਰਖਤ ਦੀ, ਕਿਤੇ ਮਕਾਨ ਦੀ ਛੱਤ ਨਾਲ, ਕਿਤੇ ਦੀਵਾਰ ਦੀ ਛਾਂ 'ਤੇ ਹਲੇ ਬਹਿ ਜਾਵਾਂ। ਹੁਣ ਛਾਂ ਜਿਹੜੀ ਹੈ ਨਾ, ਜਿਹੜੀ ਲੱਭੀ ਛਾਂ, ਉਹ ਉੱਥੇ ਲੱਭੀ ਜਿਹਦੇ ਕੋਲ ਪੈਸੇ ਲੈਣੇ ਹਨ। ਉਸ ਮਕਾਨ ਦੀ ਛੱਤ ਥੱਲੇ ਉਸ ਦੀਵਾਰ 'ਤੇ ਸਾਇਆ ਮਿਲਿਆ ਜਿਹਦੇ ਕੋਲੋਂ ਪੈਸੇ ਲੈਣੇ ਸਨ, ਉੱਥੇ ਜਾ ਕੇ ਟੇਕ ਲਾ ਕੇ ਬੈਠੇ। ਥੋੜ੍ਹੀ ਦੇਰ ਗੁਜ਼ਰੀ ਅਤੇ ਯਾਦ ਆਇਆ ਕਿ ਇਹ ਤਾਂ ਉਹਦਾ ਹੀ ਘਰ ਹੈ ਜਿਹਨੇ ਮੇਰੇ ਕੋਲੋਂ ਪੈਸੇ ਖੜ੍ਹੇ ਹਨ। ਜਦੋਂ ਇੰਨੀ ਗੱਲ ਸੋਚ ਆਈ, ਉੱਠੋ ਫਟੋਫਟ ਨਿਕਲੇ ਅਤੇ ਸਾਡੇ ਹੋ ਗਏ। ਤਕਵਾ ਕਹਿੰਦੇ ਨਹੀਂ ਇਹਨੂੰ। ਅੱਛਾ, ਇਹ ਕੀ ਗੱਲ ਹੋਈ ਜੀ? ਜਿਹਦੇ ਕੋਲੋਂ ਪੈਸੇ ਲੈਣੇ ਹਨ ਉਹਦਾ ਖਿਆਲ ਆਇਆ ਅਤੇ ਸਾਡੇ ਹੋ ਗਏ। ਮੈਂ ਕਿਹਾ ਸੁਣ, ਇਮਾਮ ਆਜ਼ਮ ਅਬੂ ਹਨੀਫਾ ਫਰਮਾਉਂਦੇ ਨੇ ਮੇਰੇ ਦਿਲ ਨੇ ਗੁਆਰਾ ਨਾ ਕੀਤਾ ਕਿ ਮੈਂ ਇਹਦੇ ਸਾਏ ਵਿੱਚ ਬੈਠਾਂ, ਇਸ ਲਈ ਕਿਤੇ ਇਹ ਬਾਹਰ ਨਿਕਲੇ ਅਤੇ ਇਹ ਨਾ ਸੋਚੇ ਕਿ ਹੋਰੇ ਪੈਸੇ ਲੈਣ ਲਈ ਆ ਕੇ ਬਹਿ ਰਿਹਾ, ਪੈਸੇ ਲੈਣ ਵਾਸਤੇ ਆ ਕੇ ਬਹਿ ਰਿਹਾ। ਇਹਨੂੰ ਕਹਿੰਦੇ ਨੇ ਤਕਵਾ। ਅਤੇ ਜੇ ਕੋਈ ਸਾਡੇ ਜਿਹਾ ਹੁੰਦਾ ਤਾਂ ਸਾਨੂੰ ਪਤਾ ਲੱਗ ਜਾਵੇ ਅਸੀਂ ਇਹਦੇ ਕੋਲ ਪੈਸੇ ਲੈਣੇ ਨਹੀਂ, ਐਂ ਮਕਾਨ ਏ, ਜਾਂ ਭੁੱਲ ਜਾਂਦਾ ਤੇ ਯਾਦ ਆ ਜਾਂਦਾ। ਅਸੀਂ ਉਨੀ ਦੇਰ ਉੱਥੋਂ ਜਾਣਾ ਨਹੀਂ ਸੀ ਜਿੰਨੀ ਦੇਰ ਉਹਨੂੰ ਬਾਹਰ ਨਹੀਂ ਸੀ ਕੱਢਣਾ। ਇਮਾਨ ਹੈ ਨਾ, ਸਾਡਾ ਵੀ ਤਕਵਾ ਹੈ ਫਿਰ, ਲੇਕਿਨ ਕਿੰਝ ਦਾ ਤਕਵਾ ਹੈ ਸਾਡਾ? ਤਕਵਾ ਤੇ ਉਹਨਾਂ ਦਾ ਸੀ ਨਾ ਫਿਰ, ਜਿਹੜੇ ਅੱਲਾਹ ਕੋਲੋਂ ਡਰਦੇ ਸਨ, ਜਿਹੜੇ ਅੱਲਾਹ ਕੋਲੋਂ ਡਰਦੇ ਸਨ।
ਆਪ ਰਸਤੇ ਚ ਗੁਜ਼ਰੇ ਤੇ ਇੱਕ ਬੰਦਾ ਜਾ ਰਿਹਾ, ਬੰਦਾ ਜਾ ਰਿਹਾ ਤੇ ਉਹਦੇ ਪੈਰਾਂ ਵਿੱਚ ਜੁੱਤੀ ਕੋਈ ਨਹੀਂ। ਤੇ ਕਹਿੰਦੇ ਨੇ ਦਿਲ ਚ ਸੋਚਦੇ ਨੇ ਯਾਰ ਆ ਬੰਦਾ ਕਿੱਡਾ ਕੁ ਮਾੜਾ, ਇਹਦੇ ਪੈਰਾਂ ਚ ਜੁੱਤੀ ਕੋਈ ਨਹੀਂ। ਥੋੜੀ ਦੇਰ ਗੁਜ਼ਰੀ, ਥੋੜੀ ਜਿਹੀ ਅੱਗੇ ਗਏ ਤੇ ਇੱਕ ਬੰਦਾ ਵੇਖਿਆ ਉਹਦੇ ਪੈਰ ਹੀ ਕੋਈ ਨਹੀਂ, ਅੱਖਾਂ ਚ ਅੱਥਰੂ ਆ ਗਏ। ਆਖਿਆ ਮੈਂ ਤੇ ਦਿਲ ਚ ਆਪਣੇ ਆਪ ਨੂੰ ਬੜਾ ਕੋਈ ਸਮਝਿਆ ਸੀ ਕਿ ਇਹਦੇ ਨਾਲੋਂ ਮੈਂ ਚੰਗਾ ਜਿਹਦੇ ਪੈਰਾਂ ਚ ਜੁੱਤੀ ਕੋਈ ਨਹੀਂ, ਮੇਰੇ ਕੋਲ ਜੁੱਤੀ ਏ। ਤੇ ਜਦੋਂ ਉਹ ਬੰਦਾ ਵੇਖਿਆ ਜਿਹਦੇ ਪੈਰ ਹੀ ਕੋਈ ਨਹੀਂ ਤੇ ਰੋ ਕੇ ਕੰਨਾਂ ਨੂੰ ਹੱਥ ਲਾਇਆ, ਆਖਿਆ ਮਾਲਕਾ ਤੇਰਾ ਸ਼ੁਕਰ ਏ, ਤੂੰ ਮੈਨੂੰ ਲੱਤਾਂ ਅਤਾ ਕੀਤੀਆਂ, ਤੂੰ ਮੈਨੂੰ ਇੰਨੀ ਨਿਮਤ ਨਾਲ ਨਵਾਜ਼ਿਆ। ਇਹ ਤਕਵਾ ਇਹਨੂੰ ਕਹਿੰਦੇ ਨੇ, ਇਹ ਤਕਵਾ। ਹੁਣ ਉਹਨਾਂ ਤਕਵਿਆਂ ਵਿੱਚੋਂ ਇੱਕ ਤਕਵੇ ਵਾਲੇ ਦਾ ਜ਼ਿਕਰ ਕਰਾਂ ਜਿਹਨੂੰ ਸਖੀ ਸੁਲਤਾਨ ਬਾਹੂ ਕਹਿੰਦੇ ਨੇ। ਮਾਸ਼ਾਅੱਲਾ ਮਾਸ਼ਾਅੱਲਾ, ਹਜ਼ਰਤ ਸਖੀ ਸੁਲਤਾਨ ਬਾਹੂ ਝੰਗ ਦੇ ਅੰਦਰ ਸ਼ੋਰਕੋਟ, ਝੰਗ ਦਾ ਇਲਾਕਾ ਸ਼ੋਰਕੋਟ ਦਾ ਪਿੰਡ, ਆਪਦੀ ਉੱਥੇ ਵਿਲਾਦਤ ਹੋਈ। ਅੱਬਾ ਜੀ ਦਾ ਨਾਂ ਹੈ ਸੁਲਤਾਨ ਬਾਜ਼ੈਦ ਮੁਹੰਮਦ, ਅੰਮਾ ਦਾ ਨਾਂ ਹੈ ਮਾਈ ਰਾਸਤੀ, ਮਾਈ ਰਾਸਤੀ। ਪਿਓ ਵੀ ਵਲੀ ਹੈ ਤੇ ਮਾਂ ਵੀ ਵਲੀ ਹੈ। ਜਦੋਂ ਪਿਓ ਵੀ ਚੰਗਾ ਹੋਵੇ ਮਾਂ ਵੀ ਚੰਗਾ ਹੋਵੇ ਫਿਰ ਪੁੱਤਰ ਸੁਲਤਾਨ ਬਾਹੂ ਵਰਗੇ ਆਉਂਦੇ ਨੇ। ਜਦੋਂ ਪਿਓ ਅਲੀ ਹੋਵੇ ਤੇ ਮਾਂ ਫਾਤਿਮਾ ਹੋਵੇ ਫਿਰ ਪੁੱਤਰ ਹੁਸੈਨ ਵਰਗੇ ਆਉਂਦੇ ਨੇ। ਨਹੀਂ, ਮਾਂ ਵੀ ਵਲੀਆ ਤੇ ਪਿਓ ਵੀ ਵਲੀਆ, ਵਲੀ ਵਜੋ ਹੈ। ਸੁਲਤਾਨ ਬਾਹੂ ਦੀ ਵਿਲਾਦਤ ਹੋਈ ਯਕਮ ਰਮਜ਼ਾਨ ਨੂੰ ਪਹਿਲੇ ਰੋਜ਼ੇ। ਤੇ ਜਿਵੇਂ ਹਜ਼ੂਰ ਗੋਸੇ ਪਾਕ ਦੇ ਬਾਰੇ ਲਿਖਿਆ ਨਾ ਕਿ ਹਜ਼ੂਰ ਗੋਸੇ ਪਾਕ ਵੀ ਰਮਜ਼ਾਨ ਚ ਆਏ ਤੇ ਆ ਕੇ ਬਚਪਨ ਚ ਹੀ ਰੋਜ਼ੇ ਰੱਖਦੇ ਸਨ, ਮਾਦਰ ਜ਼ਾਤ ਵਲੀ ਸਨ, ਦੁੱਧ ਨਹੀਂ ਸੀ ਮਾਂ ਦਾ ਪੀਂਦੇ, ਜਾਂ ਸਹਿਰੀ ਵੇਲੇ ਪੀਂਦੇ ਸਨ ਜਾਂ ਇਫਤਾਰੀ ਵੇਲੇ। ਐਂਜੀ ਜਦੋਂ ਸੁਲਤਾਨ ਬਾਹੂ ਦੀ ਵਿਲਾਦਤ ਹੋਈ ਤੇ ਰਮਜ਼ਾਨ ਦਾ ਮਹੀਨਾ ਹੈ ਤੇ ਦੁੱਧ ਨਹੀਂ ਪੀਂਦੇ, ਦੋ ਟਾਈਮ ਹੀ ਪੀਂਦੇ ਨੇ, ਜਾਂ ਸਹਿਰੀ ਵੇਲੇ ਜਾਂ ਇਫਤਾਰੀ ਵੇਲੇ, ਜਾਂ ਸਹਿਰੀ ਵੇਲੇ ਤੇ ਜਾਂ ਮਾਦਰ ਜ਼ਾਤ ਵਲੀ ਸਨ। ਅੱਛਾ ਮੈਂ ਤੁਹਾਨੂੰ ਦੱਸਾਂ ਵਲੀ ਕਿੰਨੇ ਕਿਸਮ ਦੇ ਹੁੰਦੇ ਨੇ। ਵਲੀ ਹੁੰਦੇ ਨੇ ਤਿੰਨ ਕਿਸਮ ਦੇ। ਇੱਕ ਵਲੀ ਉਹ ਜਿਹੜਾ ਮਾਂ ਦੇ ਪੇਟ ਜੂ ਵਲੀ ਹੋਵੇ ਜਿਵੇਂ ਸੁਲਤਾਨ ਬਾਹੂ ਰਹਿਮਤੁੱਲਾਹ। ਇੱਕ ਵਲੀ ਉਹ ਏ ਜਿਹਦੇ ਉੱਤੇ ਮੁਰਸ਼ਦ ਨਿਗਾਹ ਕਰਦੇ, ਜਿਹਦੇ ਉੱਤੇ ਮੁਰਸ਼ਦ ਨਿਗਾਹ ਕਰਕੇ ਉਹਨੂੰ ਵਿਲਾਇਤ ਦੇ ਦੇ। ਤੇ ਇੱਕ ਵਲੀ ਉਹ ਹੋਵੇ ਜਿਹੜਾ ਮਾਂ ਪਿਓ ਦੀ ਖਿਦਮਤ ਕਰੇ ਤੇ ਮਾਂ ਪਿਓ ਆਖਰੀ ਵੇਲਾ ਹੋਵੇ ਤੇ ਪੁੱਤਰ ਵਾਸਤੇ ਦੁਆ ਕਰੇ ਤੇ ਅੱਲਾ ਵਲੀਆਂ ਦਾ ਤਾਜਦਾਰ ਬਣਾ ਦੇ। ਯਾਦ ਹੈ ਨਾ ਬਾਯਜ਼ੀਦ ਬੁਸਤਾਮੀ ਰਹਿਮਤੁੱਲਾਹ ਤਾਲਾ ਲੈ 40 ਸਾਲ ਜੰਗਲਾਂ ਚ ਇਬਾਦਤ ਕੀਤੀ, ਅੱਲਾ ਅੱਲਾ ਕਰਦੇ ਰਹੇ ਤੇ 40 ਸਾਲਾਂ ਤੋਂ ਬਾਅਦ ਮਸੱਲਾ ਝਾੜਿਆ ਤੇ ਖਾਲੀ ਦਾ ਖਾਲੀ, ਖਾਲੀ ਦਾ ਖਾਲੀ ਤੇ ਦਿਲ ਕੀਤਾ 40 ਸਾਲ ਹੋ ਗਏ ਨੇ ਰੱਬ ਨੂੰ ਰਾਜ਼ੀ ਕਰਦੇ ਆ, ਚੱਲ ਹਾਂ ਜੇ ਮਾਂ ਕੋਲ ਚੱਲੀਏ। ਤੇ ਮਾਂ ਦੇ ਕੋਲ ਆਏ ਤੇ ਰਾਤ ਨੂੰ ਦਰਵਾਜ਼ਾ ਖੜਕਾਇਆ ਤੇ ਮਾਂ ਨੇ ਦਰਵਾਜ਼ਾ ਖੋਲਿਆ, ਪੁੱਤਰ ਨੂੰ ਸੀਨੇ ਲਾਇਆ ਕਿ 40 ਸਾਲਾਂ ਬਾਅਦ ਮੇਰਾ ਪੁੱਤਰ ਆਇਆ ਤੇ ਆਖਿਆ ਪੁੱਤਰ ਪਾਣੀ ਤੇ ਪਿਆ ਦੇ। ਤੇ ਬਾਯਜ਼ੀਦ ਬੁਸਤਾਮੀ ਰਹਿਮਤੁੱਲਾਹ ਤਾਲਾ ਲੈ ਪਾਣੀ ਲੈਣ ਵਾਸਤੇ ਗਏ ਤੇ ਸਰਦੀਆਂ ਇੰਨੀਆਂ ਕਿ ਹੱਥ ਪਿਆਲੇ ਨਾਲ ਜੁੜ ਗਏ ਤੇ ਲਿਆ ਕੇ ਮਾਂ ਨੂੰ ਪਾਣੀ ਦਿੱਤਾ। ਤੇ ਜਦੋਂ ਪਾਣੀ ਦਿੱਤਾ ਤੇ ਮਾਂ ਸੌਂ ਗਈ ਸੀ, ਜਦੋਂ ਸਰਗੀ ਵੇਲੇ ਮਾਂ ਉੱਠੀ ਤੇ ਮਾਂ ਰੋ ਕੇ ਕਹਿੰਦੀ ਇਹ ਪੁੱਤਰਾ ਸਾਰੀ ਰਾਤ ਖਲੋਤਾ ਰਿਹਾ ਪਿਆਲਾ ਲੈ ਕੇ। ਆਖਿਆ ਮਾਂ ਮੈਂ ਕਿਹਾ ਕਿਤੇ ਬੇਅਦਬੀ ਨਾ ਹੋ ਜਾਵੇ, ਸਾਰੀ ਰਾਤ ਖਲੋਤਾ ਰਿਹਾ। ਤੇ ਮਾਂ ਦੀ ਚੀਖ ਨਿਕਲੀ ਤੇ ਪੁੱਤਰ ਨੂੰ ਸੀਨੇ ਲਾਇਆ
ਆਖਿਆ ਪੁੱਤਰਾ ਤੂੰ ਮੇਰੇ ਵਾਸਤੇ ਸਾਰੀ ਰਾਤ ਖਲੋਤਾ ਰਿਹਾ। ਮਾਂ ਨੇ ਮਸੱਲਾ ਪਾਇਆ ਤੇ ਦੁਆ ਕੀਤੀ, ਅੱਲਾ ਮੇਰਾ ਪੁੱਤਰ 40 ਸਾਲ ਤੈਨੂੰ ਮਨਾਉਂਦਾ ਰਿਹਾ, ਹੋਰੇ ਮੰਨਿਆ ਕਿ ਨਹੀਂ ਮੰਨਿਆ? ਅੱਜ ਮਾਂ ਦੁਆ ਕਰਦੀ ਆ ਪੁੱਤਰ ਨੂੰ ਵਲੀਆਂ ਦਾ ਇਮਾਮ ਬਣਾ ਦੇ, ਹਲੇ ਮਾਂ ਦੇ ਹੱਥ ਨਹੀਂ ਫਿਰੇ। ਆਤਫ਼ ਗਿਆਬੀ ਚੋਂ ਆਵਾਜ਼ ਆਈ, ਬਾਜ਼ੀਦ ਬੁਸਤਾਮੀ ਜਾ, ਅਸੀਂ ਤੈਨੂੰ ਮਾਂ ਦੀਆਂ ਦੁਆਵਾਂ ਨਾਲ ਵਲੀਆਂ ਦਾ ਇਮਾਮ ਬਣਾ ਦਿੱਤਾ। ਵਲੀਆਂ ਦਾ ਇਮਾਮ ਬਣਾ ਦਿੱਤਾ, ਜਾਂ ਬੰਦਾ ਵਲੀ ਬੰਦਾ ਮਾਦਰਜ਼ਾਦ ਵਲੀ ਜਿਹਦੇ ਤੇ ਅੱਲਾ ਕਰਮ ਕਰਦੇ, ਜਾਂ ਵਲੀ ਬੰਦਾ ਪੀਰੋ ਮੁਰਸ਼ਦ ਦੀ ਨਿਗਾਹ ਨਾਲ, ਜਾਂ ਵਲੀ ਬੰਦਾ ਮਾਂ ਬਾਪ ਦੀਆਂ ਦੁਆਵਾਂ ਨਾਲ। ਤੇ ਸੁਲਤਾਨੇ ਬਾਹੂ ਜਿਨ੍ਹਾਂ ਦਾ ਜ਼ਿਕਰ ਮੈਂ ਕਰ ਰਿਹਾ, ਇਹ ਨੇ ਮਾਦਰਜ਼ਾਦ ਵਲੀ, ਜਿਹੜੇ ਮਾਂ ਦੇ ਪੇਟ 'ਚ ਹੀ ਵਲੀ, ਜਿਨ੍ਹਾਂ 'ਤੇ ਅੱਲਾ ਖਾਸ ਕਰਮ ਕੀਤਾ। ਆਪ ਦੇ ਘਰ ਜਿਹੜਾ ਨਾ ਨੌਕਰਾਨੀ ਸੀ, ਅਤੇ ਉਹ ਆਪ ਨੂੰ ਲੈ ਕੇ ਨਾ ਲੈ ਕੇ ਅਤੇ ਬਾਹਰ ਆਉਂਦੀ ਸੀ, ਅਤੇ ਅੱਲਾ ਪਾਕ ਨੇ ਸੁਲਤਾਨੇ ਬਾਹੂ ਦੇ ਚਿਹਰੇ 'ਤੇ ਇੰਨੀ ਕਸ਼ਿਸ਼ ਰੱਖੀ ਸੀ ਕਿ ਜਦੋਂ ਨੌਕਰਾਨੀ ਲੈ ਕੇ ਬਾਹਰ ਆਉਂਦੀ ਸੀ ਨਾ, ਅਤੇ ਜਿਹੜਾ ਜਿਹੜਾ ਹਿੰਦੂ ਸੁਲਤਾਨੇ ਬਾਹੂ ਵੱਲ ਵਹਿੰਦਾ ਸੀ ਨਾ, ਵਹਿੰਦਿਆਂ ਹੀ ਕਲਮਾ ਪੜ੍ਹ ਲੈਂਦਾ ਸੀ, ਵਹਿੰਦਿਆਂ ਹੀ ਕਲਮਾ ਪੜ੍ਹ ਲੈਂਦਾ ਸੀ। ਇੱਥੇ ਇੱਕ ਮੈਨੂੰ ਸ਼ੇਰ ਯਾਦ ਆ ਗਿਆ, ਯੇ ਸ਼ਾਨ ਹੈ ਖਿਦਮਤਗਾਰੋਂ ਕੀ ਸਰਕਾਰ ਕਾ ਆਲਮ ਕਿਆ ਹੋਗਾ, ਯੇ ਸ਼ਾਨ ਹੈ ਖਿਦਮਤਗਾਰੋਂ ਕੀ ਸਰਕਾਰ ਕਾ ਆਲਮ ਕਿਆ ਹੋਗਾ। ਉਹ ਜੇ ਨਬੀ ਦੇ ਨੌਕਰਾਂ ਦੇ ਨੌਕਰ, ਨੌਕਰਾਂ ਦੇ ਨੌਕਰ, ਪੁੱਤਰਾਂ ਦੇ ਪੁੱਤਰ, ਪੁੱਤਰਾਂ ਦੇ ਪੁੱਤਰ ਇੰਝ ਦੇ ਹੋਣ ਕੇ ਹਿੰਦੂ ਕਲਮਾ ਪੜ੍ਹ ਕੇ ਮੁਸਲਮਾਨ ਹੋ ਜਾਣ, ਤਾਂ ਫਿਰ ਨਬੀ ਦਾ ਆਲਮ ਕੀ ਹੋਵੇਗਾ? ਹੈਂ ਆਏ ਹਾਏ ਹਾਏ ਹਜ਼ਰਤ ਸੁਲਤਾਨ ਬਾਹੂ, ਕਿਉਂਕਿ ਵਕਤ ਥੋੜ੍ਹਾ ਹੁੰਦਾ, ਮੈਂ ਜਲਦੀ ਜਲਦੀ ਬਾਤ ਨੂੰ ਖਤਮ ਕਰਨਾ ਹੁੰਦਾ। ਹਜ਼ਰਤ ਸੁਲਤਾਨ ਬਾਹੂ ਥੋੜ੍ਹੇ ਜੇ ਜਵਾਨ ਹੋਏ ਨਾ, ਅਤੇ ਹੁਣ ਘਰੋਂ ਨਿਕਲਣਾ ਅਤੇ ਗਲੀ ਵਿੱਚ ਜਾਣਾ, ਬਚਪਨ ਦੀ ਉਮਰ ਹੈ, ਜਿਵੇਂ ਸਾਡੇ ਆ ਬੱਚੇ ਬੈਠੇ ਨੇ, ਬਚਪਨ ਦੀ ਉਮਰ ਹੈ, ਗਲੀ 'ਚੋਂ ਬਾਹਰ ਜਾਣਾ, ਹੁਣ ਜਿੰਨੇ ਜਿੰਨੇ ਵੇਖਣਾ ਨਾ, ਉਹਨੇ ਕਲਮਾ ਪੜ੍ਹਨਾ ਅਤੇ ਮੁਸਲਮਾਨ ਹੋ ਜਾਣਾ। ਉਹ ਲੋਕਾਂ 'ਚ ਥਰਥੱਲੀ ਪੈ ਗਈ, ਹਿੰਦੂਆਂ ਦਾ ਰਾਜ ਸੀ, ਹਿੰਦੂਆਂ ਦੀ ਹਕੂਮਤ ਸੀ, ਉਹਨੇ ਕਿਹਾ ਬੱਚਾ ਚੰਗਾ ਬਾਈ, ਜਿਹੜੀ ਗਲੀ 'ਚ ਜਾਂਦਾ ਲੋਕ ਮੁਸਲਮਾਨ ਹੋ ਜਾਂਦੇ ਨੇ, ਇਹਦੇ ਪਿਓ ਕੋਲ ਜਾਓ ਅਤੇ ਉਹਨੂੰ ਕਹੋ ਪੁੱਤਰ ਦਾ ਕੋਈ ਟਾਈਮ ਰੱਖ, ਜਿਹੜੇ ਵੇਲੇ ਬਾਹਰ ਆਵੇ ਰੋਜ਼ ਹੀ ਮੁਸਲਮਾਨ ਹੋਈ ਜਾਂਦੇ ਨੇ। ਉਹ ਸਾਰੇ ਲੋਕ ਇਕੱਠੇ ਹੋ ਕੇ ਇਸਦੇ ਸੁਲਤਾਨ ਬਾਹੂ ਦੇ ਵਾਲਦ ਸਾਹਿਬ ਕੋਲ ਗਏ ਅਤੇ ਜਾ ਕੇ ਕਹਿਣ ਲੱਗੇ ਕਿ ਆਪਣੇ ਪੁੱਤਰ ਦਾ ਕੋਈ ਟਾਈਮ ਰੱਖੋ, ਪੁੱਤਰ ਦੀ ਕਸ਼ਿਸ਼ ਨਹੀਂ ਹੈ ਕਿ ਸਾਡੇ ਹਿੰਦੂ ਕਲਮਾ ਪੜ੍ਹ ਕੇ ਮੁਸਲਮਾਨ ਹੋ ਜਾਂਦੇ ਨੇ। ਅਤੇ ਆਪਦੇ ਵਾਲਦ ਨੇ ਆਖਿਆ ਕੋਈ ਗੱਲ ਨਹੀਂ, ਜਿਹੜੇ ਟਾਈਮ ਤੁਸੀਂ ਕਹਿੰਦੇ ਹੋ ਮੈਂ ਉਸ ਟਾਈਮ ਪੁੱਤਰ ਨੂੰ ਭੇਜਦਾ ਕਰਾਂਗਾ। ਟਾਈਮ ਮੁਕਰਰ ਹੋ ਗਿਆ ਕਿ ਇਸ ਟਾਈਮ ਸੁਲਤਾਨ ਬਾਹੂ ਬਾਹਰ ਨਿਕਲਣਗੇ। ਜਦੋਂ ਟਾਈਮ ਮੁਕਰਰ ਹੋ ਗਿਆ ਤੇ ਉੱਧਰ ਹਿੰਦੂਆਂ ਨੇ ਇੱਕ ਬੰਦੇ ਨੂੰ ਨਾ ਟੱਲ ਫੜਾ ਦਿੱਤਾ ਅਤੇ ਉਹਦੀ ਡਿਊਟੀ ਲਾ ਦਿੱਤੀ ਕਿ ਜਦੋਂ ਨਿਕਲਣ ਲੱਗੇ ਤੂੰ ਟੱਲ ਲੈ ਕੇ ਨਾ ਗਲੀਆਂ 'ਚ ਦੌੜ ਲਾ ਦੇਣੀ ਕਿ ਅੰਦਰਾਂ 'ਚ ਵੜ ਜਾਓ, ਸੁਲਤਾਨੇ ਬਾਹੂ ਆ ਗਏ ਨੇ। ਉੱਚੀ ਫਰਮਾਓ ਸੁਭਾਨ ਅੱਲਾਹ। ਹਜ਼ਰਤ ਨਿਵਕਾਰ ਮੇਰੇ ਆਕਾ ਕਰੀਮ ਸੱਲੱਲਾਹੁ ਸਲਮ ਦੇ ਦੀਵਾਨਿਓ, ਹਜ਼ਰਤ ਸੁਲਤਾਨੇ ਬਾਹੂ ਰਹਿਮਤੁਲਾਹੀ ਤਾਲਾ ਲੈ, ਹਜ਼ਰਤ ਬਚਪਨ ਦੀ ਉਮਰ ਏ, ਹਜ਼ਰਤ ਦੀ ਵਕਾਰ ਜਦੋਂ ਗਲੀਆਂ ਵਿੱਚ ਨਿਕਲਦੇ ਨੇ, ਹਜ਼ਰਤ ਅੱਗੇ ਅੱਗੇ ਬੰਦਾ ਟੱਲ ਵਜਾਉਂਦਾ ਏ, ਆਂਦਾ ਲੋਕੋ ਜਲਦੀ ਕਰੋ, ਆਪਣੇ ਆਪਣੇ ਦਰਵਾਜ਼ੇ ਬੰਦ ਕਰ ਲਓ, ਆਪਣੀਆਂ ਆਪਣੀਆਂ ਦੁਕਾਨਾਂ ਬੰਦ ਕਰ ਲਓ, ਸੁਲਤਾਨੇ ਬਾਹੂ ਆ ਰਹੇ ਨੇ। ਹਜ਼ਰਤ ਜੀ ਵਕਾਰ, ਸੁਲਤਾਨੇ ਬਾਹੂ ਗਲੀਆਂ ਵਿੱਚ ਜਾਂਦੇ ਨੇ, ਹਜ਼ਰਤ ਲੋਕੀ ਦਰਵਾਜ਼ੇ ਬੰਦ ਕਰ ਲੈਂਦੇ ਨੇ, ਲੋਕੀ ਘਰਾਂ ਦੀਆਂ ਖਿੜਕੀਆਂ ਬੰਦ ਕਰ ਲੈਂਦੇ ਨੇ, ਲੋਕੀ ਦੁਕਾਨਾਂ ਬੰਦ ਕਰ ਲੈਂਦੇ ਨੇ। ਹਜ਼ਰਤ ਜੀ ਵਕਾਰ ਮੇਰੇ ਆਕਾ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਦੀਵਾਨਿਓ, ਹਜ਼ਰਤ ਇੱਕ ਦਿਨ ਐਸਾ ਹੋਇਆ, ਸੁਲਤਾਨੇ ਬਾਹੂ
ਬਾਹੂ ਗਲੀ ਚ ਜਾ ਰਹੇ ਨੇ। ਇੱਕ ਬੰਦੇ ਨੇ ਆਪਣੀ ਦਰਵਾਜ਼ਾ ਆਪਣਾ ਘਰ ਦਾ ਦਰਵਾਜ਼ਾ ਬੰਦ ਕੀਤਾ ਤੇ ਖਿੜਕੀ ਖੋਲ ਲਈ ਤੇ ਖਿੜਕੀ ਖੋਲ ਕੇ ਕਹਿੰਦਾ ਮੈਂ ਵੇਖਾਂ ਕਿੱਡਾ ਕੁ ਸੋਹਣਾ ਏ। ਜਿਹਦੇ ਵੱਲ ਦੁਨੀਆ ਵੇਖ ਕੇ ਮੁਸਲਮਾਨ ਹੋ ਜਾਂਦੀ ਏ। ਹਜ਼ਰਾਤ ਜਦੋਂ ਘਰ ਦਾ ਦਰਵਾਜ਼ਾ ਬੰਦ ਕੀਤਾ ਖਿੜਕੀ ਖੋਲ ਲਈ, ਜਦੋਂ ਖਿੜਕੀ ਵਿੱਚ ਇੰਜ ਕਰਕੇ ਸੁਲਤਾਨ ਨੇ ਬਾਹੂ ਨੂੰ ਵੇਖਿਆ, ਸੁਲਤਾਨ ਨੇ ਬਾਹੂ ਦੀ ਨਜ਼ਰ ਉਸ ਹਿੰਦੂ ਤੇ ਪੈ ਗਈ। ਉਹ ਜਦੋਂ ਨਜ਼ਰ ਪੈ ਗਈ ਖਿੜਕੀ ਵਿੱਚ ਨਾਲੇ ਵੇਖੀ ਜਾਂਦਾ ਏ, ਨਾਲੇ ਕਹਿੰਦਾ ਪੜੋ ਲਾ ਇਲਾਹਾ ਲਾਉ ਹੱਕ ਲਾ ਇਲਾਹਾ। ਕਲਮੇ ਦਾ ਜ਼ਿਕਰ ਕਰ ਰਿਹਾ, ਫੜੋ ਲਾ ਇਲਾਹਾ ਇਲਲਾ ਹੱਕ ਲਾ ਇਲਾਹਾ। ਇਸ ਕਲਮੇ ਦੇ ਰਾਤ ਨਿਆਰੇ ਨੇ, ਇਸ ਡੁੱਬਦੇ ਬੇੜੇ ਤਾਰੇ ਨੇ, ਸਾਨੂੰ ਦੱਸਿਆ ਮਦੀਨੇ ਵਾਲੇ ਨੇ। ਪੜੀਏ ਲਾ ਇਲਾਹਾ ਲਾ ਕਲਮਾ ਲਾ ਲਾ। ਅਜ਼ਰਾਤ ਸੁਲਤਾਨੇ ਬਾਹੂ ਜਿੱਧਰ ਨਜ਼ਰ ਮਾਰਦੇ ਨੇ ਲੋਕੀ ਕਲਮਾ ਪੜੀ ਜਾਂਦੇ ਨੇ। ਹਜ਼ਰਾਤ ਨਿਵਾਕਾਰ ਹਜ਼ਰਾਤ ਬਚਪਨ ਦਾ ਜ਼ਮਾਨਾ ਏ। ਹਜ਼ਰਤ ਸਖੀ ਸੁਲਤਾਨੇ ਬਾਹੂ ਰਹਿਮਤੁੱਲਾਹ ਤਾਲਾ ਲੈ ਹਜ਼ਰਾਤ ਖੇਡਣ ਵਾਸਤੇ ਆਪਣੇ ਘਰ ਤੋਂ ਬਾਹਰ ਗਏ। ਜਦੋਂ ਥੋੜ੍ਹੀ ਦੂਰ ਗਏ ਨੇ ਇੱਕ ਸੋਹਣੀ ਸਵਾਰੀ ਵਾਲਾ ਆ ਗਿਆ, ਸੁਤਰ ਸਵਾਰ ਆ ਗਿਆ, ਜਿਹਦੀ ਸਵਾਰੀ ਵੀ ਬੜੀ ਸੋਹਣੀ ਏ, ਸਵਾਰ ਵੀ ਬੜਾ ਸੋਹਣਾ ਏ। ਤੇ ਕੋਲ ਆ ਕੇ ਆਉਂਦਾ, ਪੁੱਤਰਾ ਚੱਲ ਮੈਂ ਤੈਨੂੰ ਲੈਣ ਆਇਆ ਵਾਂ। ਸੁਲਤਾਨੇ ਬਾਹੂ ਫਰਮਾਉਂਦੇ ਨੇ ਤੁਹਾਡਾ ਨਾਂ ਕੀ ਏ? ਤੇ ਸਵਾਰੀ ਵਾਲੇ ਬੋਲ ਕੇ ਕਹਿੰਦੇ ਨੇ ਬੱਚਿਆ ਮੈਨੂੰ ਮੌਲਾ ਅਲੀ ਕਹਿੰਦੇ, ਮੈਨੂੰ ਮੌਲਾ ਅਲੀ ਕਹਿੰਦੇ ਨੇ, ਚੱਲ ਮੈਂ ਤੈਨੂੰ ਲੈਣ ਆਇਆ ਵਾਂ। ਸੁਲਤਾਨੇ ਬਾਹੂ ਫਰਮਾਉਂਦੇ ਨੇ ਸੋਹਣਿਆ ਮੈਂ ਆਪਣੀ ਮਾਂ ਨੂੰ ਨਹੀਂ ਪੁੱਛਿਆ, ਜੇ ਇਜਾਜ਼ਤ ਦੇਵੋ ਤੇ ਆਪਣੀ ਮਾਂ ਨੂੰ ਪੁੱਛਾਵਾਂ। ਸੋਹਣਿਆ ਮੈਂ ਕਦੀ ਮਾਂ ਦੀ ਇਜਾਜ਼ਤ ਤੋਂ ਬਗੈਰ ਨਹੀਂ ਗਿਆ, ਜੇ ਆਕਾ ਹੁਕਮ ਦੇਵੋ ਤੇ ਮਾਂ ਨੂੰ ਪੁੱਛਾਵਾਂ। ਅਲੀ ਪਾਕ ਫਰਮਾਉਂਦੇ ਨੇ ਬੇਟਾ ਇੰਨੀ ਦੇਰ ਨਹੀਂ ਲੱਗਣੀ, ਥੋੜ੍ਹੀ ਦੇਰ ਦਾ ਕੰਮ ਏ, ਬਸ ਅੱਖ ਬੰਦ ਕਰਨ ਦਾ ਕੰਮ ਏ। ਜੀ ਹਜ਼ੂਰ ਜਿਵੇਂ ਤੁਹਾਡੀ ਮਰਜ਼ੀ। ਅਲੀ ਪਾਕ ਫਰਮਾਉਂਦੇ ਨੇ ਚੱਲ ਫਿਰ ਆਪਣਾ ਹੱਥ ਮੈਨੂੰ ਫੜਾ। ਸੁਲਤਾਨੇ ਬਾਹੂ ਨੇ ਹੱਥ ਫੜਾਇਆ, ਅੱਖਾਂ ਬੰਦ ਕੀਤੀਆਂ। ਰੱਬੇ ਕਾਬਾ ਦੀ ਕਸਮ ਏ, ਜਦੋਂ ਅੱਖਾਂ ਖੋਲੀਆਂ ਨਬੀ ਦੀ ਕਚਹਿਰੀ ਲੱਗੀ ਹੋਈ ਏ। ਮੇਰੇ ਆਕਾ ਬੈਠੇ ਹੋਏ ਨੇ, ਅਬੂ ਬਕਰ ਬੈਠੇ ਹੋਏ ਨੇ, ਉਮਰ ਪਾਕ ਬੈਠੇ ਹੋਏ ਨੇ, ਉਸਮਾਨ ਪਾਕ ਬੈਠੇ ਹੋਏ ਨੇ, ਬਿਲਾਲ ਬੈਠੇ ਹੋਏ ਨੇ, ਅਵੈਸੇ ਕਰਨੀ ਬੈਠੇ ਹੋਏ ਨੇ, ਹਜ਼ਰਾਤ ਨਬੀ ਦੇ ਸਿਆਰੇ ਸਿਆਬੀ ਬੈਠੇ ਹੋਏ ਨੇ। ਮੇਰੇ ਆਕਾ ਫਰਮਾਉਂਦੇ ਨੇ ਬਾਹੂ
ਆਜਾ ਮੇਰੇ ਸੀਨੇ ਲੱਗ ਜਾਓ। ਬਚਪਨ ਦੀ ਗੱਲ ਸੁਣਾ ਰਿਹਾ ਵਾਂ, ਬਚਪਨ ਦੀ ਗੱਲ ਸੁਣਾ ਰਿਹਾ। ਮੇਰੇ ਆਕਾ ਨੇ ਸੁਲਤਾਨੇ ਬਾਹੂ ਨੂੰ ਸੀਨੇ ਲਾਇਆ, ਨਾਲੇ ਸੀਨੇ ਲਾਇਆ, ਨਾਲੇ ਆਪਣੇ ਹੱਥ ਤੇ ਬੈਤ ਕਰਾਇਆ। ਜਦੋਂ ਬੈਤ ਹੋ ਗਈ, ਹਜ਼ਰਾਤ ਅੱਖਾਂ ਖੋਲੀਆਂ, ਵੇਂਦੇ ਕੀਨੇ ਜਿੱਥੋਂ ਗਏ ਸਨ ਉੱਥੇ ਹੀ ਖਲੋਤੇ ਹੋਏ ਨੇ। ਦੌੜਦਿਆਂ ਦੌੜਦਿਆਂ ਘਰ ਆ ਗਏ, ਮਾਂ ਆਂਦੀ ਵੇ ਬਾਹੂ ਕਿੱਥੇ ਗਿਆ ਸੈਂ। ਆਖਾਂ ਅੰਮਾ ਮੈਨੂੰ ਨਬੀ ਨੇ ਬੁਲਾਇਆ ਸੀ, ਨਾਲੇ ਬੈਤ ਕਰਾਇਆ ਏ, ਨਾਲੇ ਸੀਨੇ ਨਾਲ ਲਾਇਆ। ਨਾਲੇ ਬੈਤ ਕਰਾਇਆ ਤੇ ਨਾਲੇ ਸੀਨੇ ਨਾਲ ਲਾਇਆ। ਆਖਿਆ ਪੁੱਤਰ ਇਹ ਤੇ ਰੂਹਾਨੀ ਬੈਤ ਨਾ, ਜ਼ਾਹਰੀ ਬੈਤ ਵੀ ਕਰ। ਆਖਿਆ ਮਾਂ ਨਹੀਂ ਮੈਨੂੰ ਕਿਸੇ ਪੀਰ ਦੀ ਲੋੜ ਹੀ ਨਹੀਂ, ਮੇਰੇ ਪੀਰ ਤੁਸੀਂ ਹੋ। ਮਾਂ ਕਹਿਣ ਲੱਗੀ ਪੁੱਤਰ ਮਾਂ ਮਾਂ ਹੁੰਦੀ ਹੈ ਤੇ ਪੀਰ ਪੀਰ ਹੁੰਦਾ, ਮਾਂ ਮਾਂ ਹੁੰਦੀ ਹੈ ਤੇ ਪੀਰ। ਹਾਏ ਅੱਜ ਵੀ ਲੋਕੀ ਕਹਿੰਦੇ ਨੇ ਦੇਖੋ ਨਾ ਜੀ, ਮੇਰੀ ਮੁਰਸ਼ਦ ਮੇਰੀ ਮਾਂ, ਮੇਰਾ ਪੀਰ ਮੇਰਾ ਪਿਓ, ਮੇਰਾ ਪੀਰ ਮੇਰੀ ਮਾਂ। ਮੈਂ ਕਿਹਾ ਤੈਨੂੰ ਬਹੁਤੇ ਅਜ਼ੀਜ਼ ਨੇ, ਅਬੂ ਬਕਰ ਦੀ ਮਾਂ ਕੋਈ ਨਹੀਂ ਸੀ, ਉਮਰ ਪਾਕ ਦੀ ਮਾਂ ਕੋਈ ਨਹੀਂ ਸੀ, ਉਸਮਾਨ ਦੀ ਮਾਂ ਕੋਈ ਨਹੀਂ ਸੀ, ਉਹਨਾਂ ਕਿਉਂ ਨਬੀ ਦੇ ਹੱਥ ਬੈਤ ਕੀਤੀ? ਪਤਾ ਲੱਗਾ ਮਾਂ ਦੀ ਅਜ਼ਮਤ ਆਪਣੀ ਜਗ੍ਹਾ, ਪਿਓ ਦੀ ਅਜ਼ਮਤ ਆਪਣੀ ਜਗ੍ਹਾ, ਪਰ ਮੁਰਸ਼ਦ ਮੁਰਸ਼ਦ ਹੈ। ਤਵੱਜੋ ਹੈ, ਹਾਏ ਹਾਏ। ਬਿਮਾਰ ਹੋ ਗਏ ਬਚਪਨ ਦਾ ਜ਼ਮਾਨਾ ਲੜਕਪਨ, ਤੇ ਬਿਮਾਰ ਹੋ ਗਏ ਤੇ ਸ਼ੋਰ ਕੋਟ ਦੇ ਅੰਦਰ ਇੱਕ ਹੀ ਤਬੀਬ ਹੈ ਜਿਹੜਾ ਸਿੱਖ ਹੈ, ਹਕੀਮ ਇੱਕ ਹੀ ਹੈ ਜਿਹੜਾ ਸਿੱਖ ਹੈ। ਤੇ ਪਤਾ ਉਹਨੂੰ ਵੀ ਹੈ ਸੀ ਕਿ ਜਿਹੜਾ ਸੁਲਤਾਨੇ ਬਾਹੂ ਨੂੰ ਵੇਖਿਆ ਕਲਮਾ ਪੜ੍ਹ ਕੇ ਮੁਸਲਮਾਨ ਹੋ ਜਾਂਦਾ। ਕੋਈ ਮੁਰੀਦ ਆਇਆ ਤੇ ਆ ਕੇ ਕਹਿਣ ਲੱਗਾ ਜੀ ਸਾਡੇ ਸਾਹਿਬਜ਼ਾਦੇ ਸੁਲਤਾਨੇ ਬਾਹੂ ਬਿਮਾਰ ਹੋ ਗਏ ਨੇ ਤੇ ਆ ਕੇ ਚੈੱਕ ਕਰ ਦਿਓ। ਉਹ ਕਹਿਣ ਲੱਗਾ ਮੈਂ ਤੇ ਨਹੀਂ ਜਾਣਾ, ਮੈਂ ਉਹ ਬੋਲ ਛੱਡੋ ਛੱਡੋ, ਆਂਦਾ ਮੈਂ ਨਹੀਂ ਜਾਣਾ। ਉਹਨਾਂ ਕਿਹਾ ਕਿਉਂ? ਉਹਨਾਂ ਕਿਹਾ ਭਾਈ ਉਹ ਜਿਹਦੇ ਅਲਜੇ ਦਾ ਜਿਹੜਾ ਉਹਦੇ ਅਲਵਿੰਦਾ ਮੁਸਲਮਾਨ ਹੋ ਜਾਂਦਾ, ਤੇ ਮੈਨੂੰ ਸਾਰੀ ਜ਼ਿੰਦਗੀ 60 ਸਾਲ ਹੋ ਗਏ ਨੇ ਘੀਮੀ ਕਰਦਿਆਂ, ਮੈਂ ਮਾਂ ਪਿਓ ਦਾ ਦੀਨ ਕਿਵੇਂ ਛੱਡਦਾ, ਮੈਂ ਗੁਰੂ ਨਾਨਕ ਦਾ ਦੀਨ ਕਿਵੇਂ ਛੱਡਦਾ, ਮੈਂ ਨਹੀਂ ਜਾਣਾ। ਉਹਨਾਂ ਕਿਹਾ ਚਲੋ ਤੂੰ ਨਹੀਂ ਜਾਂਦਾ ਤੇ ਉਹਨੂੰ ਬੁਲਾ ਲੈਂਦੇ। ਆਂਦਾ ਨਾ ਨਾ, ਉਹਨੂੰ ਵੀ ਨਾ ਬੁਲਾਇਓ, ਨਾ ਉਹਨੂੰ ਬੁਲਾਇਓ ਤੇ ਨਾ ਬੋਲੋ, ਨਾ ਮੈਂ ਜਾਣਾ। ਉਹਨਾਂ ਕਿਹਾ ਫਿਰ ਘੀਮ ਤੇ ਮੈਂ ਪਿੰਡ ਵਿੱਚ ਤੂੰ ਹੀ ਹੈ ਤੇ ਕੋਈ ਤੇ ਹੱਲ ਹੋਵੇਗਾ ਨਾ। ਆਂਦਾ ਫਿਰ ਇੰਜ ਕਰੋ ਕਿ ਜਾਂ ਉਹਨਾਂ ਦਾ ਪਿਸ਼ਾਬ ਸ਼ੀਸ਼ੀ 'ਚ ਪਾ ਕੇ ਲੈ ਆਓ, ਤੇ ਜਾਂ ਫਿਰ ਉਹਨਾਂ ਦੀ ਕਮੀਜ਼ ਲੈ ਆਓ, ਜਾਂ ਪਿਸ਼ਾਬ ਲੈ ਆਓ ਤੇ ਜਾਂ। ਮੈਂ ਬੜਾ ਵੱਡਾ ਘੀਮ ਹਾਂ, ਮੇਰੇ ਦਾਦੇ ਬਾਬਿਆਂ ਨੇ ਮੈਨੂੰ ਕੀਮਤ ਸਿਖਾਈ ਹੈ, ਹਿਕਮਤ ਸਿਖਾਈ ਹੈ, ਤੇ ਮੈਂ ਨਬਜ਼ ਵੇਖ ਕੇ ਮਰਜ਼ ਦੱਸ ਸਕਣਾ, ਕਮੀਜ਼ ਸੁੰਘ ਕੇ ਮਰਜ਼ ਦੱਸ ਸਕਣਾ, ਪਿਸ਼ਾਬ ਚੈੱਕ ਕਰਕੇ ਮਰਜ਼ ਦੱਸ ਸਕਣਾ, ਤੇ ਇਹਦੇ ਵਿੱਚ ਕੋਈ ਦੂਜੀ ਗੱਲ ਵੀ ਨਹੀਂ। ਅੱਜ ਦੇ ਡਾਕਟਰ ਵੀ ਪਿਸ਼ਾਬ ਵੇਖ ਕੇ ਚੈੱਕ ਕਰ ਲੈਂਦੇ ਨੇ, ਇਹਦੇ 'ਚ ਬੰਦਾ ਐਵੇਂ ਨਹੀਂ ਕਹਿ ਸਕਦਾ ਕਿ ਗੱਲ ਗਲਤ ਹੈ। ਉਹਨੇ ਕਿਹਾ ਕਮੀਜ਼ ਲੈ ਆਓ ਜਾਂ ਪਿਸ਼ਾਬ ਲੈ ਆਓ। ਹੁਣ ਉਹਨੂੰ ਨਹੀਂ ਸੀ ਪਤਾ ਕਿ ਕਮੀਜ਼ ਕਿਹਦੀ ਹੈ, ਤੁਸੀਂ ਨਹੀਂ ਸਮਝੇ।
ਹਜ਼ਰਤ ਦੀ ਮਕਾਨ ਮੇਰੇ ਆਕਾ ਕਰੀਮ ਸੱਲੱਲਾਹੁ ਸਲਮ ਦੇ ਦੀਵਾਨੇ ਹੋ। ਹਜ਼ਰਤ ਇੱਕ ਮੁਰੀਦ ਚੱਲਦਾ 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 ਸੁਲਤਾਨੇ ਬਾਹੂ ਦੇ ਖੋਲ ਆਇਆ। ਆਂਦਾ ਸੋਹਣਿਆ ਹਕੀਮ ਕਹਿੰਦਾ ਨਾ ਮੈਂ ਆਉਣਾ ਵੇ ਨਾ ਉਹਨੂੰ ਆਣ ਦੇਣਾ ਵੇ। ਸੁਲਤਾਨੇ ਬਾਹੂ ਫਰਮਾਉਂਦੇ ਨੇ ਫਿਰ ਕੀ ਕਹਿੰਦਾ? ਆਂਦਾ ਜੀ ਜਾਂ ਕਮੀਜ਼ ਲੈ ਆਓ ਜਾਂ ਸੁਲਤਾਨੇ ਬਾਹੂ ਦਾ ਪਿਸ਼ਾਬ ਲੈ ਆਓ। ਸੁਲਤਾਨੇ ਬਾਹੂ ਮੁਸਕੁਰਾ ਕੇ ਫਰਮਾਉਣ ਲੱਗੇ ਅੱਛਾ ਫਿਰ ਕਮੀਜ਼ ਲੈ ਜਾਓ, ਜਿਹੜਾ ਕੰਮ ਅਸੀਂ ਨਹੀਂ ਕੀਤਾ ਸਾਡੀਆਂ ਕਮੀਜ਼ਾਂ ਕਰ ਲੈਣਗੀਆਂ। ਹਜ਼ਰਤ ਦੀ ਵਕਾਰ ਮੁਰੀਦ ਨੂੰ ਕਮੀਜ਼ ਉਤਾਰ ਕੇ ਦਿੱਤੀ। ਹਜ਼ਰਤ ਦੀ ਵਕਾਰ ਜਦੋਂ ਚੱਲਦਾ 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 ਕਮੀਜ਼ ਲੈ ਕੇ ਆਇਆ। ਆਂਦਾ ਲੋ ਜੀ ਮੈਂ ਕਮੀਜ਼ ਲੈ ਕੇ ਆ ਗਿਆ ਵਾਂ। ਹਜ਼ਰਤ ਹਕੀਮ ਬਹਿ ਕੇ ਹੁਣ ਆਪਣੇ ਮੁਰੀਜ਼ਾਂ ਨੂੰ ਚੈੱਕ ਪਿਆ ਕਰਦਾ ਏ। ਜਦੋਂ ਕਮੀਜ਼ ਆ ਗਈ ਉਹਨੂੰ ਮੱਠੀ ਮੱਠੀ ਖੁਸ਼ਬੂ ਆਉਣਾ ਸ਼ੁਰੂ ਹੋ ਗਈ। ਆਂਦਾ ਕੌਣ ਆਇਆ? ਆਂਦਾ ਮੈਂ ਸੁਲਤਾਨੇ ਬਾਹੂ ਦੀ ਕਮੀਜ਼ ਲੈ ਕੇ ਆਇਆ। ਮਰਜ਼ ਦੱਸ ਦੋ ਕਿਹੜੀ ਮਰਜ਼ ਲੱਗੀ ਏ? ਹਜ਼ਰਤ ਜਦੋਂ ਹਕੀਮ ਨੇ ਕਮੀਜ਼ ਫੜੀ ਰੱਬੇ ਕਾਬਾ ਦੀ ਕਸਮ ਏ ਇੰਜ ਕਰਕੇ ਕਮੀਜ਼ ਲਾਈ ਏ ਹਲੇ ਕਮੀਜ਼ ਥੱਲੇ ਨਹੀਂ ਆਈ ਬੇਹੋਸ਼ ਹੋ ਗਿਆ। ਥੋੜੀ ਦੇਰ ਤੋਂ ਬਾਅਦ ਉਹ ਸ਼ਹੀਦ ਕਹਿੰਦਾ ਲਾ ਇਲਾ ਹਕ ਲਾ ਕਲਮਾ ਲਾ। ਸੁਲਤਾਨੇ ਬਾਹੂ ਫਰਮਾਉਂਦੇ ਨੇ ਕਲਮੇ ਨਾਲ ਕਲਮੇ ਨਾਲ ਮੈਂ ਨਾਤੀ ਤੋਤੀ ਤੇ ਕਲਮੇ ਨਾਲ ਵਿਆਹੀ ਕਲਮੇ ਨਾਲ ਮੈਂ ਨਾਤੀ ਤੋਤੀ ਤੇ ਕਲਮੇ ਨਾਲ ਵਿਆਹੀ ਹੂ। ਕਲਮੇ ਮੇਰਾ ਜਨਾਜ਼ਾ ਪੜਿਆ ਤੇ ਕਲਮੇ ਗੋਰ ਸੁਹਾਈ ਬਹਿਸ਼ਤੀ ਜਾਣਾ ਤੇ ਕਲਮਾ ਕਰੇ ਸਫਾਈ ਊ ਮੈਂ ਕੁਰਬਾਨ ਮੈਂ ਕੁਰਬਾਨ ਮੈਂ ਕੁਰਬਾਨ ਜਿਨ੍ਹਾਂ ਦੀਓ ਮੇਰਾ ਕਾਮਿਲ ਪਾਹੋ ਜਿਨ੍ਹਾਂ ਸਾਹਿਬ ਆਪ ਬੁਲਾਈ ਜ਼ਿੰਦਾਬਾਦ ਜ਼ਿੰਦਾਬਾਦ।
ਸੁਭਾਨ ਅੱਲਾ ਕਲਮੇ ਨਾਲ ਮੈਂ ਨਹਾਤੀ ਧੋਤੀ ਤੇ ਕਲਮੇ ਨਾਲ ਵਿਆਹੀ ਤੇ ਕਲਮੇ ਮੇਰਾ ਜਨਾਜ਼ਾ ਪੜ੍ਹਨਾ ਤੇ ਕਲਮੇ ਗੌਰ ਸੁਹਾਈ ਤੇ ਕਲਮੇ ਨਾਲ ਮੈਂ ਬਹਿਸ਼ਤੀ ਜਾਣਾ ਤੇ ਕਲਮਾ ਕਰੇ ਸਫਾਈ ਮੈਂ ਕੁਰਬਾਨ ਉਹਨਾਂ ਥੀ ਬਾਹੂ ਜਿਹਨਾਂ ਸਾਹਿਬ ਆਪ ਬੁਲਾਈ ਹਾਏ ਹਾਏ ਕੌਣ ਸੁਲਤਾਨੇ ਬਾਹੂ ਮਾਂ ਆਖਿਆ ਜਾ ਪੁੱਤਰ ਰੂਹਾਨੀ ਤੇ ਬੈਤ ਹੋ ਗਈਆਂ ਜ਼ਾਹਰੀ ਵੀ ਹੋ ਜਾ ਜਿੱਧਰ ਮਾਂ ਇਸ਼ਾਰਾ ਕੀਤਾ ਉੱਧਰ ਹੀ ਟੁਰ ਪਏ ਥੋੜੀ ਜਿਹੀ ਅੱਗੇ ਆਏ ਤੇ ਅੱਗੇ ਇੱਕ ਬਲੀ ਦਾ ਡੇਰਾ ਸੀ ਸ਼ਾਹ ਹਬੀਬ ਰਹਿਮਤੁੱਲਾ ਤਾਲਾ ਲੈ ਉੱਥੇ ਆਏ ਤੇ ਉਹਨਾਂ ਦੇ ਮੁਰੀਦ ਬੈਠੇ ਸਨ ਆਪ ਦਾ ਅਸੂਲ ਸੀ ਆਪ ਬੜੇ ਸਾਹਿਬ ਕਰਾਮਤ ਵਲੀ ਸਨ ਜਿਹੜਾ ਵੀ ਆ ਕੇ ਕਹਿੰਦਾ ਸੀ ਨਾ ਹਜ਼ੂਰ ਮੇਰੇ ਵੱਲ ਨਜ਼ਰ ਫਰਮਾ ਦਿਓ ਤੇ ਆਪ ਨੇ ਇੱਕ ਦੇਗ ਕਹਿ ਲਓ ਜਾਂ ਦੇਗਚਾ ਕਹਿ ਲਓ ਕੋਈ ਚੀਜ਼ ਕਹਿ ਲਓ ਪਰ ਰੱਖੇ ਹੁੰਦੇ ਸੀ ਗਰਮ ਪਾਣੀ ਦੀ ਤੇ ਫਰਮਾਉਂਦੇ ਸਨ ਹੱਥ ਵਿੱਚ ਡਬੋ ਤੇ ਜੇ ਕੋਈ ਆ ਕੇ ਹੱਥ ਡਬੋ ਦਿੰਦਾ ਸੀ ਨਾ ਉਹਨੂੰ ਚੈੱਕ ਕਰਦੇ ਸਨ ਕਿ ਭਲਾ ਹਿੰਮਤ ਹੈ ਦੀ ਕਿ ਨਹੀਂ ਇੰਨੇ ਜੋਗਾ ਵਲਾਇਤ ਜੋਗਾ ਹੈ ਵੀ ਇਹ ਕਿ ਨਹੀਂ ਤੇ ਜੇ ਕੋਈ ਹਿੰਮਤ ਕਰਕੇ ਡਬੋਣ ਦੇ ਲੱਗਦਾ ਸੀ ਨਾ ਜਾਂ ਡਬੋ ਦਿੰਦਾ ਸੀ ਤੇ ਆਪ ਨਜ਼ਰ ਮਾਰ ਕੇ ਨਾ ਉਹਨੂੰ ਵਲਾਇਤ ਦੇ ਮਰਤਬੇ ਤੈਅ ਕਰਾ ਦਿੰਦੇ ਸਨ ਤੇ ਸੁਲਤਾਨ ਬਾਹੂ ਆਏ ਤੇ ਕਹਿਣ ਲੱਗੇ ਜ਼ਰੂਰ ਆਪਣੇ ਦਰਵੇਸ਼ਾਂ ਵਿੱਚ ਮੈਨੂੰ ਵੀ ਸ਼ਾਮਿਲ ਫਰਮਾ ਲਓ ਤੇ ਸ਼ਾਹ ਹਬੀਬ ਕਹਿਣ ਲੱਗੇ ਅੱਛਾ ਉਹ ਪੁੱਤਰਾ ਉਹ ਦੇਖ ਪਈ ਆ ਜਾ ਪਾਣੀ ਵਿੱਚ ਹੱਥ ਭਿਉ ਤੇ ਸੁਲਤਾਨ ਬਾਹੂ ਮੁਸਕਰਾ ਪਏ ਤੇ ਮੁਸਕਰਾ ਕੇ ਕਹਿੰਦੇ ਨੇ ਸਰਕਾਰ ਜੀ ਇਹ ਦੇਗਾਂ ਦੂਗਣ ਨਾਲ ਮੇਰਾ ਕੰਮ ਨਹੀਂ ਜੇ ਚੱਲਣਾ ਆ ਜਿਹੜੇ ਕੰਮ ਤੁਸੀਂ ਦੱਸਣ ਦੇ ਹੋ ਮੈਂ ਬੜੇ ਕਰ ਲਏ ਨੇ ਆਖਿਆ ਅੱਛਾ ਫਿਰ ਮਿਹਨਤ ਕਰਕੇ ਮੰਜ਼ਿਲ ਲੈਣੀ ਆ ਜੀ ਜ਼ਰੂਰ ਫਰਮਾਇਆ ਫਿਰ ਉਹ ਮਸ਼ਕੀਜ਼ਾ ਲੈ ਤੇ ਉਹ ਮਸਜਿਦ ਦੀ ਟੈਂਕੀ ਵੇਖ ਉੱਥੋਂ ਪਾਣੀ ਲੈ ਕੇ ਆ ਤੇ ਮਸਜਿਦ ਦੀ ਟੈਂਕੀ 'ਚ ਪਾ ਹੁਣ ਸਾਰੇ ਵਹਿੰਦੇ ਪਿੰਡ ਸੁਲਤਾਨ ਬਾਹੂ ਰਹਿਮਤੁੱਲਾਹ ਤਾਲਾ ਮਸ਼ਕੀਜ਼ਾ ਲਿਆ ਤਲਾਬ 'ਚ ਭਰਿਆ ਇੱਕ ਹੀ ਮਸ਼ਕੀਜ਼ਾ ਭਰਿਆ ਜਾ ਕੇ ਟੈਂਕੀ 'ਚ ਲੁੱਦਿਆ ਟੈਂਕੀ ਵੀ ਫੁੱਲ ਤੇ ਸਾਰਾ ਹਾਲ ਹੀ ਚਿਕੜੋ ਚਿਕੜੀ ਉਹ ਕਿਸੇ ਆਖਿਆ ਸਰਕਾਰ ਕਿਹਦੀ ਡਿਊਟੀ ਲਾ ਲਈ ਜੇ ਸਾਰਾ ਚਿਕੜ ਚਿਕੜ ਕਰ ਛੜਿਆ ਉਹ ਫਰਮਾਇਆ ਨੂੰ ਫੜ ਕੇ ਲਿਆਓ ਇਹਦੀ ਮੰਜ਼ਿਲ ਹੋਰ ਸਮਝਿਓ ਕਿ ਨਹੀਂ ਆਂਖ ਵਾਲਾ ਤੇਰੀ ਜੋਬਨ ਕਾ ਤਮਾਸ਼ਾ ਦੇਖੇ ਦੀਦਾ ਇੱਕ ਹੋਰ ਕੋ ਕਿਆ ਨਜ਼ਰ ਆਏ ਉਹ ਕਿਆ ਦੇਖੇ ਹੈਂ ਅੱਲਾ ਵਾਲੇ ਅੱਖਾਂ ਨਾਲ ਵੇਖ ਲੈਂਦੇ ਨੇ ਦਿਲ ਨਾਲ ਵੇਖ ਲੈਂਦੇ ਨੇ ਉਹਨੂੰ ਬੁਲਾਇਆ ਆਖਿਆ ਬੇਲੀਆ ਤੈਨੂੰ ਮੈਂ ਪੜ੍ਹ ਲਿਆ ਤੇਰੇ ਵਾਲਾ ਸੌਦਾ ਮੇਰੇ ਕੋਲ ਨਹੀਂ ਹੈ ਬਹਰਹਾਲ ਜਿੰਨਾ ਮੇਰੇ ਕੋਲ ਹੈ ਓਨਾ ਮੈਂ ਦੇ ਦੇਣਾ ਬਾਕੀ ਤੈਨੂੰ ਅਸੀਂ ਅੱਗੇ ਆਪਣੇ ਪੀਰਾਂ ਕੋ ਟੋਰ ਦਿੰਦੇ ਹਾਂ ਸ਼ਾਹ ਹਬੀਬ ਰਹਿਮਤੁੱਲਾਹ ਤਾਲਾ ਦਾ ਦਿਲ ਕੀਤਾ ਕਿ ਮੈਂ ਜ਼ਰਾ ਇਹਨੂੰ ਅਜ਼ਮਾਵਾਂ ਤੇ ਸਹੀ ਕਿ ਜਿਹੜੀ ਜਿਹੜੀ ਮੰਜ਼ਿਲ ਤੇ ਮੈਂ ਆਵਾਂ ਭਲਾ ਉੱਥੇ ਉੱਥੇ ਤੱਕ ਆਉਂਦਾ ਤਵੱਜੋ ਹੈ ਸਾਰੇ ਆਖੋ ਸੁਭਾਨ ਅੱਲਾ ਹਜ਼ਰਤ ਨਿਵਕਾਰ ਮੇਰੇ ਆਕਾ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਦੀਵਾਨਿਓ ਹਜ਼ਰਤ ਸ਼ਾਹ ਹਬੀਬ ਨੇ ਗੁੱਟੂ ਫੜਿਆ ਤੇ ਚਲਦਿਆਂ ਚਲਦਿਆਂ ਆਪਣੇ ਹੁਜਰੇ ਵਿੱਚ ਲੈ ਗਏ ਹਜ਼ਰਤ ਹੁਜਰੇ ਵਿੱਚ ਜਾ ਕੇ ਹੁਜਰੇ ਦੀ ਕੁੰਡੀ ਮਾਰ ਲਈ ਤੇ ਕੁੰਡੀ ਮਾਰ ਕੇ ਮੁਸੱਲੇ ਤੇ ਬਿਠਾ ਲਿਆ ਥੋੜ੍ਹੀ ਦੇਰ ਗੱਲਾਂ ਕਰਨ ਤੋਂ ਬਾਅਦ ਸ਼ਾਹ ਹਬੀਬ ਗਾਇਬ ਹੋ ਗਏ ਪਿੱਛੇ ਪਿੱਛੇ ਸੁਲਤਾਨ ਬਾਹੂ ਵੀ ਗਾਇਬ ਹੋ ਗਏ ਹਜ਼ਰਤ ਉਹ ਸ਼ਾਹ ਹਬੀਬ ਇੱਕ ਪੈਲੀ ਦੇ ਅੰਦਰ ਹੱਲ ਪੇ ਚਲਾਉਂਦੇ ਨੇ ਕਿਸਾਨ ਬਣ ਕੇ ਹੱਲ ਪੇ ਚਲਾ ਰਹੇ ਨੇ ਪਿੱਛੇ ਪਿੱਛੇ ਸੁਲਤਾਨ ਬਾਹੂ ਵੀ ਆ ਗਏ ਆ ਕੇ ਕਦਮ ਫੜ ਕੇ ਕਹਿੰਦੇ ਨੇ ਸ਼ਾਹ ਜੀ ਪੀਰਾਂ ਮੀਰੀ ਮੁਰੀਦਾਂ ਦੇ ਹੁੰਦੇ ਆ ਪੀਰ ਹੱਲ ਨਹੀਂ ਚਲਾਉਂਦੇ
ਅਦਰਾਤ ਜਦੋਂ ਇੰਨੀਆਂ ਗੱਲਾਂ ਕੀਤੀਆਂ, ਸ਼ਾਹ ਹਬੀਬ ਨੇ ਫਿਰ ਗੁੱਟੂ ਫੜਿਆ ਤੇ ਹੁਜਰੇ ਵਿੱਚ ਲਿਆਏ, ਤੇ ਥੋੜੀ ਦੇਰ ਬੈਠਣ ਤੋਂ ਬਾਅਦ ਸ਼ਾਹ ਹਬੀਬ ਫੇਰ ਗੈਬ ਹੋ ਗਏ। ਜਦੋਂ ਗੈਬ ਹੋਏ ਸੁਲਤਾਨ ਨੇ ਬਾਹੂ ਵੀ ਪਿੱਛੇ ਪਿੱਛੇ ਗੈਬ ਹੋ ਗਏ। ਅਦਰਾਤ ਸ਼ਾਹ ਹਬੀਬ ਹੁਣ ਇੱਕ ਮਸਜਿਦ ਵਿੱਚ ਆ ਗਏ ਤੇ ਕਾਰੀ ਬਣ ਕੇ ਬੱਚਿਆਂ ਨੂੰ ਕੁਰਾਨ ਪੇ ਫੜਾਉਂਦੇ ਨੇ। ਆਂਦੇ ਨੇ ਬੱਚਿਓ ਪੜਿਓ ਅਲੀਫ, ਪੜੋ ਪਾ, ਪੜੋ ਤਾ। ਅਦਰਾਤ ਬੱਚਿਆਂ ਨੂੰ ਕੁਰਾਨ ਪੜਾਉਂਦੇ ਨੇ। ਸੁਲਤਾਨ ਬਾਹੂ ਵੀ ਬੱਚਾ ਬਣ ਕੇ ਪਿੱਛੇ ਆ ਕੇ ਬਹਿ ਗਏ ਤੇ ਕਹਿੰਦੇ ਨੇ ਸ਼ਾਹ ਜੀ ਇਹ ਕੁਰਾਨ ਮੈਨੂੰ ਵੀ ਪੜਾਇਆ ਜੇ। ਰਾਤ ਸ਼ਾਹ ਹਬੀਬ ਨੇ ਗੁੱਟੂ ਫੜਿਆ ਤੇ ਫੇਰ ਹੁਜਰੇ ਵਿੱਚ ਲੈ ਆਂਦਾ। ਥੋੜੀ ਦੇਰ ਬੈਠਣ ਤੋਂ ਬਾਅਦ ਸ਼ਾਹ ਹਬੀਬ ਫੇਰ ਗੈਬ ਹੋ ਗਏ, ਪਿੱਛੇ ਪਿੱਛੇ ਸੁਲਤਾਨ ਬਾਹੂ ਵੀ ਗੈਬ ਹੋ ਗਏ। ਹੁਣ ਸ਼ਾਹ ਹਬੀਬ ਇੱਕ ਮੰਦਿਰ ਦੇ ਕੋਲ ਜ਼ਾਹਰ ਹੋਏ। ਅੱਜ ਰਾਤ ਉੱਥੇ ਮਜ਼ਦੂਰੀ ਪੇ ਕਰਦੇ ਨੇ, ਟਾਪੜੇ ਵਿੱਚ ਰੇਤ ਪੇਟਾਉਂਦੇ ਨੇ। ਪਿੱਛੇ ਪਿੱਛੇ ਸੁਲਤਾਨ ਬਾਹੂ ਵੀ ਆ ਗਏ, ਆ ਕੇ ਕਹਿੰਦੇ ਨੇ ਸ਼ਾਹ ਜੀ ਮੇਰੇ ਹੁੰਦਿਆਂ ਮਜ਼ਦੂਰੀ ਤੁਸੀਂ ਤੇ ਨਾ ਕਰੋ। ਹਜ਼ਰਤ ਸ਼ਾਹ ਹਬੀਬ ਨੇ ਗੁੱਟੂ ਫੜਿਆ ਤੇ ਫੇਰ ਹੁਜਰੇ ਚ ਲੈ ਆਂਦਾ ਤੇ ਹੁਜਰੇ ਚ ਲਿਆ ਕੇ ਕਹਿੰਦੇ ਨੇ ਪੁੱਤਰਾ ਬੋਲ ਤੇ ਸਹੀ, ਓਏ ਐਨੀਆਂ ਮੰਜ਼ਲਾਂ ਕਿੱਥੋਂ ਲਈਆਂ ਨੀ? ਮੈਂ ਤੇ ਸਾਰੀ ਜ਼ਿੰਦਗੀ ਮੁਸੱਲਿਆਂ ਤੇ ਜਾਗ ਜਾਗ ਕੇ ਅੱਲਾ ਨੂੰ ਰਾਜ਼ੀ ਕਰ ਕਰਕੇ ਇੰਨੀਆਂ ਮੰਜ਼ਲਾਂ ਲਈਆਂ ਨੇ, ਓਏ ਬੋਲ ਤੂੰ ਕਿੱਥੋਂ ਲਈਆਂ ਨੇ? ਸੁਲਤਾਨ ਬਾਹੂ ਫਰਮਾਉਂਦੇ ਨੇ ਸ਼ਾਹ ਜੀ ਜਿਹੜੇ ਕੰਮ ਤੁਸੀਂ ਹੁਣ ਪੇ ਕਰਦੇ ਹੋ ਮੈਂ ਮਾਂ ਦੇ ਪੇਟ 'ਚ ਕਰਦਾ ਰਿਹਾ। ਜਿਹੜੇ ਕੰਮ ਹੁਣ ਪੇ ਕਰਦੇ ਹੋ ਨਾ ਮੈਂ ਮਾਂ ਦੇ ਪੇਟ 'ਚ ਕਰਦਾ ਰਿਹਾ, ਮੈਨੂੰ ਕੋਈ ਹੋਰ ਹੱਲ ਦੱਸੋ, ਕੋਈ ਹੋਰ ਮੰਜ਼ਿਲ ਦੱਸੋ। ਉਹਨਾਂ ਕਿਹਾ ਫਿਰ ਤੇਰਾ ਹੱਲ ਸਾਡੇ ਕੋਲ ਨਹੀਂ, ਫਿਰ ਤੂੰ ਸਾਡੇ ਪੀਰਾਂ ਕੋਲ ਤੁਰ ਜਾ। ਅਗਰ ਮੈਂ ਇਹਦੇ ਉੱਤੇ ਬਾਤ ਕਰਦਾ ਰਿਹਾ ਤਾਂ ਬਾਤ ਬੜੀ ਲੰਬੀ ਹੋ ਜਾਏਗੀ, ਕਿਉਂਕਿ ਚੀਦਾ ਚੀਦਾ ਗੱਲਾਂ ਕਰਨੀਆਂ ਨੇ। ਸੁਲਤਾਨ ਬਾਹੂ ਰਹਿਮਤੁੱਲਾਹੀ ਤਾਲਾ ਲਏ ਉਹ ਹਸਤੀ ਵਾਲਾ ਵਕਾਰ ਨੇ, ਆਪਣੇ ਮੁਰੀਦਾਂ ਦੇ ਨਾਲ ਤਬਲੀਗ ਵਾਸਤੇ ਨਿਕਲੇ ਤੇ ਜੰਗਲ ਆ ਗਿਆ ਤੇ ਭੁੱਖ ਲੱਗ ਗਈ। ਤੇ ਭੁੱਖ ਲੱਗੀ ਨਾ ਜਦੋਂ ਤੇ ਮੁਰੀਦ ਕਹਿਣਗੇ ਸਰਕਾਰ ਭੁੱਖ ਲੱਗ ਗਈ, ਫਰਮਾਇਆ ਅੱਛਾ। ਇੱਕ ਕੁੱਲੀ ਨਜ਼ਰ ਆਈ, ਝੌਂਪੜੀ ਨਜ਼ਰ ਆਈ। ਸੁਲਤਾਨ ਬਾਹੂ ਰਹਿਮਤੁੱਲਾਹੀ ਤਾਲਾ ਦੀ ਨਾ ਉੱਥੇ ਇੱਕ ਮੁਰੀਦ ਨਹੀਂ ਰਹਿੰਦੀ ਸੀ, ਮਾਈ, ਤੇ ਬੜਾ ਹੀ ਦਰਵੇਸ਼ਾਂ ਨਾਲ ਪਿਆਰ ਕਰਦੀ ਸੀ। ਜਦੋਂ ਕਿਸੇ ਦਰਵੇਸ਼ ਨੇ ਉੱਥੋਂ ਲੰਘਣਾ ਤੇ ਉਹਨੇ ਕਹਿਣਾ ਜ਼ਰੂਰ ਮਿਹਰਬਾਨੀ ਫਰਮਾਓ ਇੱਕ ਟਾਈਮ ਦੀ ਰੋਟੀ ਸਾਡੇ ਵੱਲ ਹੋ ਜਾਏ, ਇੱਕ ਵੇਲੇ ਦੀ ਰੋਟੀ ਸਾਡੇ ਵੱਲ ਹੋ ਜਾਏ। ਹੁਣ ਸੁਲਤਾਨ ਬਾਹੂ ਉੱਥੋਂ ਦੀ ਲੰਘੇ ਤੇ ਉਹ ਮਾਈ ਨੂੰ ਪਤਾ ਲੱਗ ਗਿਆ ਕਿ ਪੀਰ ਆ ਰਹੇ ਨੇ। ਤੇ ਜਦੋਂ ਪਤਾ ਲੱਗ ਗਿਆ ਨਾ ਤੇ ਕਹਿਣ ਲੱਗੀ ਸੋਹਣਿਆ ਜੇ ਕਰਮ ਫਰਮਾਏ, ਇੱਧਰ ਮੁਰੀਦਾਂ ਨੇ ਭੁੱਖ ਦਾ ਇਜ਼ਹਾਰ ਕੀਤਾ, ਉਧਰ ਅੱਲਾ ਮਾਈ ਦੇ ਦਿਲ 'ਚ ਖਿਆਲ ਪਾਤਾ। ਤੇ ਮਾਈ ਆ ਕਹਿੰਦੀ ਸੋਹਣਿਆ ਜੇ ਕਰਮ ਫਰਮਾਓ, ਮਿਹਰਬਾਨੀ ਕਰੋ ਤੇ ਮੇਰੀ ਕੱਖਾਂ ਦੀ ਕੁੱਲੀ 'ਚ ਆ ਜਾਓ ਤੇ ਦੁਪਹਿਰ ਦੀ ਰੋਟੀ ਮੇਰੇ ਵੱਲੋਂ ਖਾ ਲਵੋ। ਅੱਛਾ ਜਿੰਨੇ ਬੰਦੇ ਤੁਸੀਂ ਬੈਠੇ ਹੋ ਨਾ ਉਨੀ ਸੁਭਾਣ ਅੱਲਾ ਕੋਈ ਨਹੀਂ, ਫੁੱਲ ਬੰਦੇ ਸਲਾਹ ਕਰਕੇ ਬੈਠੇ ਹੁੰਦੇ ਨੇ, ਅਸੀਂ ਨਹੀਂ ਕਹਿਣੀ ਸੁਭਾਣ ਅੱਲਾ, ਸਾਰੇ ਆਖੋ ਸੁਭਾਣ ਅੱਲਾ। ਆ ਪਿਛਲੇ ਤੁਸੀਂ ਕਿਉਂ ਨਹੀਂ ਕਹਿੰਦੇ ਯਾਰ ਸੁਭਾਣ ਅੱਲਾ, ਉੱਚੀ ਆਖੋ ਸੁਭਾਣ ਅੱਲਾ। ਹੁਣ ਸੁਲਤਾਨ ਬਾਹੂ ਆਪਣੇ ਮੁਰੀਦਾਂ ਨਾਲ ਗਏ ਤੇ ਮਾਈ ਦੀ ਇੱਕ ਬੱਚੀ ਸੀ ਜਿਹੜੀ ਝਲੂੰਗੀ 'ਚ ਲੇਟੀ ਸੀ। ਹੁਣ ਮਾਈ ਰੋਟੀਆਂ ਪਕਾਉਣ ਲੱਗੀ ਤੇ ਬੱਚੀ ਰੋਣਾ ਸ਼ੁਰੂ ਕਰ ਦਿੱਤਾ ਤੇ ਮਾਈ ਕਹਿੰਦੀ ਇਹ ਸੋਹਣਿਆ ਬੱਚੀ ਪਈ ਰੋਂਦੀ ਏ, ਤੇ ਨਾਲੇ ਦਮ ਕਰ ਦਿਓ ਤੇ ਨਾਲੇ ਝਲੂੰਗੀ ਨੂੰ ਲਾ ਦਿਓ।
ਉਸ ਮਾਈ ਨੂੰ ਇਹ ਨਹੀਂ ਸੀ ਪਤਾ ਕਿ ਝਲੂੰਗੀ ਲਾਣੀ ਕਿੰਨੇ ਵੇ। ਅਦਰਾਦਨੀ ਮਕਾਰ ਮੇਰੇ ਆਕਾ ਕਰੀਮ ਸੱਲੱਲਾਹੁ ਸਲਮ ਦੇ ਦੀਵਾਨੇ ਹੋ ਸੁਲਤਾਨੇ ਬਾਉ ਰਹਿਮਤੁਲਾਹੀ ਤਾਲਾ ਲੈ ਮਾਈ ਕਹਿਣ ਲੱਗੀ ਸੋਹਣਿਆ ਨਾਲੇ ਦਮ ਕਰ ਦੋ ਨਾਲੇ ਛਲੂੰਗੀ ਨੂੰ ਹਿਲਾ ਦੋ। ਹਜ਼ਰਤ ਸੁਲਤਾਨੇ ਬਾਉ ਮੰਜੀ ਦੇ ਖੋਲ ਗਏ ਬੱਚੀ ਛਲੂੰਗੀ ਇਹ ਚਲੇਟੀ ਹੋਈ ਏ। ਸੁਲਤਾਨੇ ਬਾਉ ਨੇ ਨਾਲੇ ਰੱਸੀ ਫੜ ਲਈ ਨਾਲੇ ਰੱਸੀ ਖਿੱਚੇ ਨਾਲੇ ਕਹਿੰਦੇ ਨੇ ਅੱਲਾ ਹੋ ਅੱਲਾ ਹੋ ਅੱਲਾ ਹੋ। ਹਜ਼ਰਤ ਸੁਲਤਾਨੇ ਬਾਉ ਨੇ ਨਾਲੇ ਚਲੂੰਗੀ ਹਿਲਾਉਂਦੇ ਨੇ ਨਾਲੇ ਅੱਲਾਹੂ ਦੀਆਂ ਜ਼ਰਬਾਂ ਫੈਲਾਉਂਦੇ ਨੇ। ਹਜ਼ਰਤ ਮਾਈ ਰੋਟੀਆਂ ਪਈ ਪਕਾਉਂਦੀ ਏ ਰੋਟੀਆਂ ਪਕਾਉਂਦਿਆਂ ਪਕਾਉਂਦਿਆਂ ਹਜ਼ਰਤ ਬੱਚੀ ਰੋਂਦਿਆਂ ਰੋਂਦਿਆਂ ਚੁੱਪ ਕਰ ਗਈ। ਮਾਈ ਹੈਰਾਨ ਤੇ ਪਰੇਸ਼ਾਨ ਰਹਿ ਗਈ। ਜਦੋਂ ਮਾਈ ਨੇ ਰੋਟੀਆਂ ਪਕਾ ਲਈਆਂ ਰੋਟੀਆਂ ਰੱਖ ਦਿੱਤੀਆਂ ਸੁਲਤਾਨੇ ਬਾਉ ਵੀ ਰੋਟੀ ਖਾ ਲਈ ਮੁਰੀਦਾਂ ਵੀ ਰੋਟੀ ਖਾ ਲਈ ਤੇ ਮਾਈ ਆ ਕੇ ਕਹਿੰਦੀ ਏ ਸੋਹਣਿਆ ਬੱਚੀ ਨੂੰ ਕੀ ਕੀਤਾ ਈ। ਬੱਚੀ ਬੋਲਦੀ ਕੋਈ ਨਹੀਂ ਅੱਗੇ ਚੁੱਪ ਨਹੀਂ ਸੀ ਕਰਦੀ ਹੁਣ ਬੋਲਦੀ ਕੋਈ ਨਹੀਂ ਸੋਹਣਿਆ ਕਿਤੇ ਬੱਚੀ ਮੇਰੀ ਮਰਦੇ ਨਹੀਂ ਗਈ ਸੋਹਣਿਆ ਕੀ ਕੀਤਾ ਈ। ਸੁਲਤਾਨੇ ਬਾਉ ਮੁਸਕੁਰਾ ਕੇ ਫਰਮਾਨ ਲੱਗੇ ਨਿਯਮਾ ਬੱਚੀ ਮਰੀ ਕੋਈ ਨਹੀਂ ਅਸੀਂ ਦੁਨੀਆਂ ਦੇ ਪੰਘੂੜੇ ਵਿੱਚੋਂ ਕੱਢ ਕੇ ਫਾਤਿਮਾ ਦੇ ਪੰਘੂੜੇ ਵਿੱਚ ਪਾ ਦਿੱਤਾ। ਪੰਘੂੜੇ ਚੋਂ ਕੱਢ ਕੇ ਸੱਯਦਾ ਫਾਤਿਮਾ ਦੇ ਪੰਘੂੜੇ 'ਚ ਪਾ ਦਿੱਤਾ ਏ। ਕਿਤਾਬਾਂ ਵਾਲੇ ਲਿਖਦੇ ਨੇ ਸੁਲਤਾਨੇ ਬਾਉ ਰੋਟੀ ਖਾ ਕੇ ਚਲੇ ਗਏ ਬੱਚੀ ਜਵਾਨ ਹੋਈ ਤੇ ਮਜਜ਼ੂਬਾ ਬਣ ਗਈ ਸ਼ਾਦੀ ਨਹੀਂ ਕੀਤੀ ਤੇ ਅੱਲਾ ਦੀ ਵਲੀ ਹੋ ਗਈ। ਅੱਜ ਵੀ ਉਸ ਬੱਚੀ ਦਾ ਉਸ ਬੀਬੀ ਦਾ ਦਰਬਾਰ ਸ਼ੋਰ ਕੋਟ ਦੇ ਨਾਲ ਇੱਕ ਪਿੰਡ ਏ ਉਹਦੇ ਵਿੱਚ ਬਣਿਆ। ਲੋਕੀ ਜਾ ਕੇ ਉਸ ਮਾਈ ਦਾ ਵਸੀਲਾ ਪਾ ਕੇ ਦੁਆਵਾਂ ਮੰਗਦੇ। ਇਹ ਨਿਗਾਹੇ ਵਲੀ ਮੇ ਨਿਗਾਹੇ ਵਲੀ ਮੇ ਵੋ ਤਸੀਰ ਦੇਖੀ ਬਦਲਤੀ ਹਜ਼ਾਰੋਂ ਕੀ ਤਕਦੀਰ ਦੇਖੀ ਹੈ। ਉਹ ਆਪਦੇ ਕੋਲ ਮੈਂ ਆਖਰੀ ਬਾਤ ਕਰ ਰਿਹਾ ਆਪਕੋ ਮਾਈ ਆਈ ਨਾ ਕਹਿਣ ਲੱਗੀ ਸੁਣਿਆ 7 ਸਾਲ ਹੋ ਗਏ ਨੇ ਔਲਾਦ ਕੋਈ ਨਹੀਂ ਤੇ ਦੁਆ ਕਰੋ ਸਾਨੂੰ ਕੋਈ ਪੁੱਤਰ ਦੇਵੇ ਦੁਆ ਕਰੋ ਅੱਲਾ ਪੁੱਤਰ ਦੇਵੇ। ਲੋਕੀ ਕਹਿੰਦੇ ਨੇ ਵਲੀਆਂ ਕੋਲ ਜਾਂਦੇ ਹੋ ਪੁੱਤਰ ਲੈਣ ਆ ਕਦੀ ਕੁੱਤੀ ਵੀ ਗਈ ਹੈ ਕੁੱਤੀ ਆ ਜਿਹੜੇ ਕਤੂਰੇ ਦਿੰਦੀ ਏ ਤੁਸੀਂ ਜਾਂਦੇ ਹੋ ਵਲੀਆਂ ਕੋਲ ਮੌਲਵੀ ਸਾਹਿਬ ਤੇ ਕੁੱਤੀ ਵੇਖੋ ਹਾਂ ਉਹ ਤੇ ਕਦੀ ਨਹੀਂ ਦਰਬਾਰ ਤੇ ਗਈ ਤੇ ਦਿੰਦੀ ਵੀ 7-7 ਏ ਤੇ ਮੈਂ ਕਿਹਾ ਦਿੰਦੀ ਵੀ ਤੇ ਕਤੂਰੇ ਆਣਾ ਉਹ ਬੋਲੋ ਉਹ ਜਿਹੜੀ ਹੋਵੇ ਕੁੱਤੀ ਉਹਨੇ ਕੀ ਕਰਨਾ ਦਰਬਾਰਾਂ ਤੇ ਜਾ ਕੇ ਤੇ ਦਿੰਦੀ ਵੀ ਤੇ ਕਤੂਰੇ ਹੈ ਨਾ ਤੇ ਮੈਂ ਕਿਹਾ ਅੱਲਾ ਦੇ ਵਲੀਆਂ ਕੋਲ ਅਸੀਂ ਤਾਂ ਜਾਂਦੇ ਹਾਂ ਤੇ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਦੇਣਾ ਜਾਂ ਤੁਹਾਡੇ ਕੋਲ ਮੰਗਣ ਆਏ ਹਾਂ ਅਸੀਂ ਇਹ ਕਹਿੰਦੇ ਹਾਂ ਕਿ ਤੁਹਾਡੀ ਰੱਬ ਨਾਲ ਯਾਰੀ ਏ ਤੇ ਜਿਹੜਾ ਯਾਰ ਹੋਵੇ ਯਾਰ ਦੀ ਸਿਫਾਰਿਸ਼ ਪਾਵੇ ਤੇ ਅਗਲਾ ਸੁਣ ਲੈਂਦਾ ਨਹੀਂ ਸਮਝੇ ਉਹ ਮੈਂ ਜੋ ਤਾਰਕ ਸਾਹਿਬ ਦਾ ਯਾਰ ਹਾਂ ਤੇ ਤਾਰਕ ਸਾਹਿਬ ਕੋਲ ਕੋਈ ਐਸੀ ਚੀਜ਼ ਹੋਵੇ ਤੇ ਤੁਹਾਡਾ ਕਿਸੇ ਦਾ ਦਿਲ ਕਰੇ ਕਿ ਯਾਰ ਮੈਂ ਉਹ ਚੀਜ਼ ਲੈਣੀ ਏ ਤੇ ਤੁਸੀਂ ਡਾਇਰੈਕਟ ਇਹਨਾਂ ਨੂੰ ਨਾ ਕਹਿ ਸਕੋ ਤੇ ਤੁਸੀਂ ਆਖੋਗੇ ਕਿ ਗੁਰਦੇਜੀ ਸਾਹਿਬ ਤਾਰਕ ਸਾਹਿਬ ਦੇ ਯਾਰ ਨੇ ਤੁਸੀਂ ਆ ਕੇ ਆਖੋਗੇ ਗੁਰਦੇਜੀ ਸਾਹਿਬ ਮਿਹਰਬਾਨੀ ਕਰੋ ਤੁਹਾਡੇ ਤੇ ਸੱਜਣ ਨੇ ਨਾ ਉਹ ਪਤਾ ਨਹੀਂ ਮੈਂ ਕਿੱਥੇ ਮਜਮੇ 'ਚ ਕਿਹੜੇ ਮਜਮੇ 'ਚ ਬਿਆਨ ਕਰਨਾ ਮੈਂ ਤਾਂ ਪੂਰੇ ਪਾਕਿਸਤਾਨ 'ਚ ਜਾਣਾ ਲੋਕੀ ਸੁਭਾਨ ਅੱਲਾ ਕਹਿੰਦੇ ਨੇ ਐਡੇ ਠੰਡੇ ਬੰਦੇ ਯਾਰ ਹੈਂ
ਜੰਮ ਕੇ ਬਹਿ ਜਾਂਦੇ ਨੇ, ਕੋਈ ਮਨ ਧਰ ਗਿਆ ਜਿਵੇਂ ਆਏਗਾ ਤੇ ਲੈ ਜਾਏਗਾ ਚੁੱਕ ਕੇ। ਮੈਨੂੰ ਇੰਜ ਕਦੀ ਕਦੇ ਫੀਲ ਹੁੰਦਾ ਜਿਵੇਂ ਮੈਂ ਗੋਭੀ ਦੀ ਪੈਲੀ ਤਕਰੀਰ ਕਰ ਰਿਹਾ, ਤੇ ਮੈਂ ਗੱਲ ਕਰ ਰਿਹਾ ਕਿ ਕੋਈ ਮੈਨੂੰ ਆ ਕੇ ਆਖੇ ਜੀ ਤੁਹਾਡੇ ਸੱਜੇ ਨੂੰਹ ਨੇ ਤੇ ਉਹਨਾਂ ਕੋਲ ਕੰਮ ਹੈ ਸਾਨੂੰ ਤੇ ਸਾਡਾ ਦਿਲ ਨਹੀਂ ਉੱਥੇ ਕਰਦਾ ਹੀ ਆ, ਸਾਡੀ ਹਿੰਮਤ ਨਹੀਂ ਪੈਂਦੀ ਤੇ ਮਿਹਰਬਾਨੀ ਤੁਸੀਂ ਕਰੋ ਹਾਂ ਤੇ ਤਾਰਕ ਸਾਹਿਬ ਨੂੰ ਆਖੋ ਕਿ ਫਲਾਣੇ ਬੰਦੇ ਦਾ ਉਹ ਕੰਮ ਕਰ ਦੇ, ਤੇ ਮੈਂ ਉਹਨਾਂ ਨੂੰ ਆਖਾਂਗਾ ਚੱਲ ਯਾਰ ਤਾਰਕ ਸਾਹਿਬ ਮਿਹਰਬਾਨੀ ਉਹ ਕੰਮ ਹੋ ਜਾਏ, ਮੈਂ ਆਖਾਂਗਾ ਚਲੋ ਕੋਈ ਗੱਲ ਨਹੀਂ ਖੈਰ ਕੰਮ ਹੋ ਜਾਏ, ਤੇ ਉਹਨਾਂ ਨੇ ਉਹਨੂੰ ਨਹੀਂ ਵੇਖਣਾ, ਉਹਨਾਂ ਕਹਿਣਾ ਵਸੀਲਾ ਕਿਹਦਾ ਪਾਇਆ, ਸਿਫਾਰਿਸ਼ ਕਿਹਦੀ ਲਿਆਉਂਦੀ ਹੈ। ਤਾਂ ਭਾਈ ਜੀ ਅਸੀਂ ਵਲੀਆਂ ਕੋਲ ਮੰਗਣ ਨਹੀਂ ਜਾਂਦੇ, ਅਸੀਂ ਕਹਿੰਦੇ ਹਾਂ ਤੁਹਾਡੀ ਰੱਬ ਨਾਲ ਯਾਰੀ ਹੈ, ਸਾਰੀ ਸਾਰੀ ਰਾਤ ਬਣਾਉਂਦੇ ਰਹੇ ਉਹ, ਗੱਲਾਂ ਕਰਦੇ ਰਹੇ ਉਹ, ਅੱਲਾ ਨੇ ਤੁਹਾਨੂੰ ਮਾਰਫ ਨਾਲ ਨਵਾਜ਼ਿਆ ਤੇ ਮਿਹਰਬਾਨੀ ਚੱਕਰੋ ਹਾਂ ਤੇ ਗੱਲ ਉੱਤੇ ਪਹੁੰਚਾ ਦਿਓ ਤੇ ਕੋਈ ਕਰਮ ਨਵਾਜ਼ੀ ਹੋ ਜੇ। ਉਹ ਮਾਈ ਵੀ ਇਸੇ ਨੀਅਤ 'ਤੇ ਆਈ ਸੀ ਤੇ ਆ ਕੇ ਆਉਂਦੀ ਸੀ ਮੈਨੂੰ ਔਲਾਦ ਕੋਈ ਨਹੀਂ ਤੇ ਦੁਆ ਕਰੋ ਅੱਲਾ ਪੁੱਤਰ ਦੇਵੇ, ਦੁਆ ਕਰੋ ਰੱਬ। ਤੇ ਮਾਈ ਨੂੰ ਸਰਤਾ ਨੇ ਬਾਬੂ ਫਰਮਾਨ ਲੱਗੇ ਮਾਛਾ ਲੈ ਹੰਭਾਰੀ, ਲੈ ਹੰਭਾਰੀ ਤੇ ਜਿੱਥੇ ਮੈਂ ਨਮਾਜ਼ ਪੜ੍ਹਨਾ ਉੱਥੇ ਝਾੜੂ ਦੇ। ਤੇ ਮਾਈ ਆਂਦੀ ਲੈ ਮੈਂ ਦੁਆ ਕਰਾਉਣ ਆਈ ਹਾਂ ਤੇ ਬਾਬਾ ਆਂਦਾ ਭਾਰੀ ਫੇਰ। ਕਈਆਂ ਬੰਦਿਆਂ ਦੇ ਦਿਨ 'ਚ ਵੀ ਗੱਲ ਹੁੰਦੀ ਹੈ, ਇਹ ਝਾੜੂ ਦਿੰਦੇ ਨੇ ਜਾ ਕੇ ਘਰ ਭਾਵੇਂ ਦਿੱਤਾ ਨਾ ਹੋਵੇ ਦਰਬਾਰ ਤੇ ਦਿੰਦੇ ਨੇ। ਮੈਂ ਕਿਹੜੀ ਕਿਹੜੀ ਗੱਲ ਕਰਾਂ, ਹਰ ਜੁੰਮੇ ਉਹਨਾਂ ਕਹਿਣਾ ਮੌਲਵੀ ਹੋਰੇ ਹੱਥ ਧੋ ਕੇ ਵਲੀ ਸਾਡੇ ਪਿੱਛੇ ਪੈ ਗਿਆ। ਅੱਛਾ ਉਹ ਕਹਿੰਦੇ ਨੇ ਸੁਲਤਾਨ ਨੇ ਬਹੁ ਫਰਮਾਨ ਲੱਗੇ ਝਾੜੂ ਦੇ ਬੀਬੀ ਝਾੜੂ ਜਿੱਥੇ ਮੈਂ ਨਮਾਜ਼ ਪੜ੍ਹਨਾ। ਹੁਣ ਬੀਬੀ ਨਾਲੇ ਮੂੰਹ 'ਚ ਗੁਣਗੁਣ ਕਰੇ ਤੇ ਨਾਲੇ ਆ ਕੇ ਮੈਂ ਦੁਆ ਕਰਾਉਣ ਆਈ ਹਾਂ ਤੇ ਬਾਬਾ ਦਾ ਝਾੜੂ ਦੇ। ਬੀਬੀ ਗੁੱਸੇ ਨਾਲ ਝਾੜੂ ਫੇਰੀ ਜਾਏ ਤੇ ਫੇਰ ਕਿਹਨਾਂ ਦੀ ਹੈ ਜੀ, ਉਹ ਮੈਂ ਫੇਰ ਲਿਆ ਝਾੜੂ, ਮੈਂ ਤਾਂ ਦੁਆ ਕਰਾਉਣ ਆਈ ਹਾਂ। ਸੁਲਤਾਨ ਨੇ ਬਹੁ ਫਰਮਾਨ ਦੇ ਅੱਛਾ ਫਿਰ ਜਿੱਥੇ ਮੈਂ ਨਮਾਜ਼ ਪੜ੍ਹਨਾ ਉੱਥੇ ਮਸੱਲਾ ਪਾ। ਬੀਬੀ ਕਹਿੰਦੀ ਹੈ ਉੱਥੇ ਮਸੱਲਾ ਪਾ ਲਿਆ। ਸੁਲਤਾਨ ਨੇ ਬਹੁ ਉੱਤੇ ਆ ਕੇ ਬਹਿ ਗਏ। ਫਰਮਾਇਆ ਹਾਂ ਹੁਣ ਦੱਸ, ਇਹ ਵੇਖਾਂ ਭਲਾ ਉਦੋਂ ਦੀ ਕਹਿਣ ਦਈ ਆ ਮੈਂ ਦੁਆ ਕਰਾਉਣ ਆਈ ਆ, ਮੇਰੇ ਔਲਾਦ ਕੋਈ ਨਹੀਂ ਤੇ ਕਦੀ ਮੇਰੇ ਕੋਲ ਭਾਰੀਆਂ ਫੁਰਾਉਂਦੇ ਹੋ, ਕਦੀ ਮਸੱਲੇ ਪਵਾਉਂਦੇ ਹੋ, ਆਪ ਨੂੰ ਜਲਾਲ ਆਇਆ ਤੇ ਸੋਟੀ ਫੜ ਕੇ ਨਾ ਤੇ ਲਕੀਰ ਲਾ ਕੇ ਆਉਂਦੇ ਨੇ ਬੜੇ ਨੀ। ਉਹ ਬੀਬੀ ਬੜੀ ਆ, ਬੀਬੀ ਰਾਣ ਇਹ ਕੀ ਚੱਕਰ ਏ, ਦੂਜੀ ਲਕੀਰ ਲਾਈ ਫਰਮਾਉਂਦੇ ਨੇ ਬੀਬੀ ਬੜੀ ਆ, ਬੀਬੀਆਂ ਦੀਆਂ ਸੋਹਣਿਆ ਦੁਆ ਕਰਾਉਣ ਆਈ ਆ। ਤੀਜੀ ਲਾ ਕੇ ਫਰਮਾਉਂਦੇ ਨੇ ਹਾਂ ਬੜੇ ਨੀ, ਉਹ ਸੋਹਣਿਆ ਦੁਆ ਕਰਾਉਣ ਆਈਆਂ। ਚੌਥੀ ਲਾ ਦਿੱਤੀ, ਪੰਜਵੀਂ ਲਾ ਦਿੱਤੀ, ਛੇਵੀਂ ਲਾ ਦਿੱਤੀ, ਸੱਤਵੀਂ ਲਾ ਦਿੱਤੀ। ਬੀਬੀ ਬੋਲੇ ਨਾ, ਸੁਲਤਾਨ ਨੇ ਬਾਹੂ ਦੇ ਮੁਰੀਦ ਕੋਲ ਬੈਠੇ ਸਨ ਜਿਹੜੇ ਦਿਲ ਦੀਆਂ ਜਾਣਦੇ ਸਨ, ਕਹਿਣ ਲੱਗੇ ਬੀਬੀ ਬਸ ਕਰਾ ਦੇ, ਜਿੰਨੀਆਂ ਲਕੀਰਾਂ ਨੀ ਅੱਲਾ ਉਹਨੇ ਪੁੱਤਰ ਦੇਣੇ ਨੀ, ਬਸ ਕਰਾ ਦੇ। ਆਂਦੀ ਏ ਸੋਹਣਿਆ ਬਸ, ਫਰਮਾਇਆ ਜਾ ਅੱਲਾ ਤੈਨੂੰ 7 ਪੁੱਤਰ ਦੇਵੇਗਾ। ਅੱਜ ਵੀ ਕਿਤਾਬਾਂ ਅੰਦਰ ਵੇਖੋ, ਜਾ ਕੇ ਉੱਥੇ ਪਤਾ ਕਰੋ, ਜਦੋਂ ਤੁਸੀਂ ਜਾਓ ਅੱਲਾ ਤੁਹਾਨੂੰ ਲੈ ਜੇ ਸੁਲਤਾਨ ਬਾਹੂ ਦੇ ਮਜ਼ਾਰ ਤੇ ਉੱਥੇ ਜਾ ਕੇ ਨਾਲੇ ਤੁਸੀਂ ਦੁਆ ਮੰਗੋ ਤੇ ਨਾਲੇ ਵੇਖੋ। ਅੱਜ ਵੀ ਉਹ ਮਾਈ ਮਸ਼ਹੂਰ ਹੈ ਦਰਬਾਰ ਵਾਲੀ 7 ਪੁੱਤਰੀ ਦੇ ਨਾਲ, ਤੇ ਜਿਹੜੇ 7 ਪੁੱਤਰ ਅੱਲਾ ਦਿੱਤੇ 7 ਹੀ ਬਲੀ ਤੇ 7 ਦੇ ਦਰਬਾਰ। ਹੈਂ, ਮੈਂ ਕਿਹਾ ਕਿੰਨੇ ਕੁ ਡਕੋਗੇ, ਇਹ ਕੰਮ ਚੱਲਦਾ ਹੀ ਰਹਿਣਾ। ਅੱਲਾ ਰੱਬੁਲ ਇੱਜ਼ਤ ਦੀ ਬਾਰਗਾਹ ਦੇ ਅੰਦਰ ਦੁਆਏ, ਅੱਲਾ ਸਾਨੂੰ ਸਾਰਿਆਂ ਨੂੰ ਅਮਲ ਦੀ ਤੋਫੀਕ ਅਤਾ ਫਰਮਾਏ। ਵਮਾ ਲਈ ਨਾ